ਡੀਪੀਡੀ ਤਮ ਪੰਜਾਬ ਦੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਤੁਹਾਡੇ ਆਪਣੇ ਜਗਜੀਤ ਵੱਲੋਂ ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਰਸ਼ਕੋ, ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ ਤੁਹਾਡੇ ਸਾਹਮਣੇ ਨਵੇਂ ਨਵੇਂ ਮਸਲੇ ਲੈ ਕੇ ਤੁਹਾਡੇ ਨਾਲ ਰੂਬਰੂ ਹੁੰਦੇ ਰਹਿੰਦੇ ਹਾਂ। ਸੋ ਅੱਜ ਆਪਾਂ ਗੱਲ ਕਰਾਂਗੇ ਦਹੇਜ ਨੂੰ ਲੈ ਕੇ, ਦਹੇਜ ਪ੍ਰਥਾ ਨੂੰ ਲੈ ਕੇ, ਜੋ ਕਿ ਆਪਣੇ ਦੇਸ਼ ਦਾ ਬਹੁਤ ਵੱਡਾ ਜਿਹੜਾ ਮਸਲਾ ਸਾਹਮਣੇ ਆ ਰਿਹਾ ਹੈਗਾ। ਇੱਕ ਆਪਾਂ ਗੱਲ ਕਰਾਂਗੇ ਅੱਜ ਭਰੂਣ ਹੱਤਿਆ ਬਾਰੇ, ਜਿੱਥੇ ਕਿ ਆਪਾਂ ਗੱਲ ਕਰਨਾ ਚਾਹ ਰਹੇ ਹਾਂ। ਕੰਟੀਨੈਂਟਲ ਗਰੁੱਪ ਆਫ ਇੰਸਟੀਟਿਊਟ ਦੇ ਵਿੱਚ ਆਪਾਂ ਅੱਜ ਪਹੁੰਚੇ ਹਾਂ, ਜੋ ਕਿ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਦੇ ਵਿੱਚ ਸਥਿਤ ਹੈ। ਸੋ ਅੱਜ ਆਪਾਂ ਇੱਥੇ ਦੀਆਂ ਕੁੜੀਆਂ ਨਾਲ ਆਪਾਂ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ, ਇੱਥੇ ਦੀ ਕੁੜੀਆਂ ਨੂੰ ਆਪਾਂ ਇੱਥੇ ਦੇ ਸਟੂਡੈਂਟਾਂ ਨਾਲ ਆਪਾਂ ਤੁਹਾਨੂੰ ਗੱਲਬਾਤ ਕਰਾਉਣ ਜਾ ਰਹੇ ਹਾਂ ਕਿ ਇਹਨਾਂ ਦੇ ਕੀ ਵਿਚਾਰ ਨੇ ਭਰੂਣ ਹੱਤਿਆਂ ਲੈ ਕੇ ਔਰ ਦਹੇਜ ਪ੍ਰਥਾ ਲੈ ਕੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਕਹਿਣਾ ਚਾਹੋਗੇ ਤੁਸੀਂ, ਜਿੱਦਾਂ ਆਪਣੇ ਪੰਜਾਬ ਦੇ ਵਿੱਚ ਇੱਕ ਬਹੁਤ ਬੜੇ ਜਿਹੜੇ ਮਸਲੇ ਉੱਭਰ ਕੇ ਸਾਹਮਣੇ ਆ ਰਹੇ ਹਾਂ, ਜਿੱਦਾਂ ਆਪਾਂ ਦੇਖ ਸਕਦੇ ਕਿ ਨਸ਼ੇ, ਭਰੂਣ ਹੱਤਿਆ ਔਰ ਦਹੇਜ, ਤੁਸੀਂ ਕੀ ਸਮਝਦੇ ਹੋ ਕਿ ਕੀ ਕਾਰਨ ਨੇ ਇਹਨਾਂ ਦੇ ਪਿੱਛੇ? ਨਸ਼ੇ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਨਸ਼ੇ ਸਾਡੇ ਸਮਾਜ ਨੂੰ ਘੁਣੇ ਵਾਂਗ ਖਾ ਰਹੇ ਨੇ। ਜੋ ਕਿ ਸਾਡੀ ਪੰਜ ਦਰਿਆਵਾਂ ਦੀ ਧਰਤੀ ਸੀ, ਹੁਣ 6ਵਾਂ ਦਰਿਆ ਨਸ਼ਿਆਂ ਦਾ ਵਗਦਾ ਹੈ। ਮੈਂ ਅੱਜ ਨਸ਼ਿਆਂ 'ਤੇ ਇੱਕ ਪੋਇਮ ਪੇਸ਼ ਕਰਨ ਜਾ ਰਹੀ ਹਾਂ। ਮੇਰੇ ਨਸ਼ਿਆਂ ਦਾ ਵਗਦਾ ਦਰਿਆ ਕੀ ਕਰਾਂ, ਕੋਈ ਲੱਭਦਾ ਨਹੀਂ ਹੱਲ, ਮੈਂ ਜਨਾਬ ਕੀ ਕਰਾਂ। ਨਸ਼ੇ ਪਿੱਛੇ ਬਰਬਾਦ ਹੁੰਦੇ ਕਈ ਪਰਿਵਾਰ ਇਹੋ ਜਿਹੀਆਂ ਖਬਰਾਂ ਹੀ ਦਿੰਦੇ ਅਖਬਾਰ। ਜਿਹੜੀ ਫੁੱਲਾਂ ਵਾਂਗੂ ਖਿੜਨੀ ਸੀ ਜਿਹੜੀ ਇਹ ਜਵਾਨੀ, ਹੁਣ ਪਿਆ ਮੁਰਝਾਇਆ ਇਹ ਗੁਲਾਬ ਕੀ ਕਰਾਂ। ਕੋਈ ਲੱਭਦਾ ਨਹੀਂ ਹੱਲ, ਮੈਂ ਜਨਾਬ ਕੀ ਕਰਾਂ। ਨਸ਼ੇ ਇਹੀ ਹਨ ਕਿ ਨਸ਼ੇ ਸਾਡੇ ਪੰਜਾਬ ਨੂੰ ਇੱਕ ਘੁਣੇ ਵਾਂਗ ਖਾ ਰਹੇ ਹਨ। ਨਸ਼ਾ ਸਾਡੇ ਪੰਜਾਬ ਵਿੱਚ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ। ਇਹ ਸਮੱਸਿਆ ਸਾਨੂੰ ਸਾਰਿਆਂ ਨੂੰ ਹੀ ਸਾਡੇ ਸਾਰਿਆਂ ਦੇ ਸਾਹਮਣੇ ਆ ਰਹੀ ਹੈ ਕਿ ਇਸ ਨੂੰ ਘਟਾਉਣ ਦੀ ਬਹੁਤ ਹੀ ਸਖ਼ਤ ਜ਼ਰੂਰਤ ਹੈ। ਜੇਕਰ ਇਹ ਇਸੇ ਤਰ੍ਹਾਂ ਵੱਧਦਾ ਜਾ ਰਿਹਾ ਤਾਂ ਸਾਡੀ ਨੌਜਵਾਨ ਪੀੜ੍ਹੀ ਬਿਲਕੁਲ ਹੀ ਖਤਮ ਹੋ ਜਾਵੇਗੀ। ਜੀ, ਥੈਂਕ ਯੂ। ਬਹੁਤ ਵਧੀਆ ਜਿਹੜੇ ਤੁਸੀਂ ਨੇ ਪੋਇਮ ਸਾਡੇ ਨਾਲ, ਜਿਹੜੀ ਨਸ਼ਿਆਂ ਨੂੰ ਲੈ ਕੇ ਬਹੁਤ ਵਧੀਆ ਪੋਇਮ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਆ। ਸੋ ਦਰਸ਼ਕੋ, ਆਓ ਹੁਣ ਆਪਾਂ ਬਾਕੀ ਬੱਚਿਆਂ ਨਾਲ ਗੱਲ ਕਰਦੇ ਹਾਂ ਇੱਥੇ ਕਿ ਉਹਨਾਂ ਦਾ ਕੀ ਕਹਿਣਾ ਭਰੂਣ ਹੱਤਿਆਂ ਲੈ ਕੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਤੁਹਾਡਾ? ਮੇਰਾ ਨਾਮ ਕੁਲਵਿੰਦਰ ਕੌਰ ਹੈ। ਹਾਂ ਕੁਲਵਿੰਦਰ ਜੀ, ਕਿੱਥੋਂ ਆਉਂਦੇ ਹੋ ਤੁਸੀਂ ਇਸ ਕਾਲਜ ਦੇ ਵਿੱਚ ਪੜ੍ਹਨ ਵਾਸਤੇ? ਮੈਂ ਸਰਹੰਦ ਫਤਿਹਗੜ੍ਹ ਸਾਹਿਬ ਤੋਂ ਆਉਂਦੀ ਹਾਂ ਜੀ। ਅਤੇ ਭਰੂਣ ਹੱਤਿਆ ਮਤਲਬ ਕਿ ਜਿਵੇਂ ਅੱਜ ਕੱਲ੍ਹ ਦੇ ਆਪਾਂ ਦੇਖਦੇ ਹਾਂ ਕਿ ਕਈ ਡਾਕਟਰ ਰੈਕਟ ਵਿੱਚ ਫਸਦੇ ਜਾ ਰਹੇ ਹਾਂ ਕਿ ਇੱਥੇ ਭਰੂਣ ਹੱਤਿਆ ਹੋ ਰਹੀ ਹੈ, ਕੁੜੀਆਂ ਨੂੰ ਜੰਮਣ ਨਹੀਂ ਦਿੱਤਾ ਜਾਂਦਾ, ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਨਹੀਂ ਦਿੱਤਾ ਜਾਂਦਾ। ਅਤੇ ਜਦੋਂ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਵੀ ਜਾਂਦਾ, ਉਹਨਾਂ ਦੇ ਪੇਰੈਂਟਸ ਠੀਕ ਹੈ ਕਈ ਵਾਰੀ ਸੋਚਦੇ ਹਾਂ ਕਿ ਹਾਂ ਮੁੰਡਿਆਂ ਨਾਲੋਂ ਕੁੜੀਆਂ ਘੱਟ ਹੈ ਅਤੇ ਮੁੰਡੇ ਜ਼ਿਆਦਾ ਬੈਟਰ ਕਰ ਸਕਦੇ ਆ ਕੁੜੀਆਂ ਦੇ ਨਾਲੋਂ। ਅਤੇ ਈਵਨ ਕਿ ਐਜੂਕੇਸ਼ਨ ਮਿਲਣ ਤੋਂ ਬਾਅਦ ਵੀ ਕਈ ਫੈਮਿਲੀਜ਼ ਦਾ ਇਹ ਹਾਲ ਹੈ ਕਿ ਉਹ ਹਮੇਸ਼ਾ ਜਾ ਕੇ ਆਪਣਾ ਲਿੰਗ ਟੈਸਟ ਕਰਵਾਉਂਦੇ ਆ ਕਿ ਸਾਨੂੰ ਕੁੜੀ ਚਾਹੀਦੀ ਹੈ ਜਾਂ ਮੁੰਡਾ ਚਾਹੀਦਾ। ਜੀ, ਥੈਂਕ ਯੂ ਕੁਲਵਿੰਦਰ ਜੀ। ਪਿਆਰੇ ਦਰਸ਼ਕੋ, ਜਿੱਦਾਂ ਕਿ ਤੁਸੀਂ ਦੇਖਿਆ ਕਿ ਕੁਲਵਿੰਦਰ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਸਾਨੂੰ ਭਰੂਣ ਹੱਤਿਆ ਨੂੰ ਲੈ ਕੇ ਜਵਾਬ ਦਿੱਤਾ। ਜਿੱਦਾਂ ਆਪਾਂ ਦੇਖਦੇ ਹਾਂ ਕਿ ਆਪਾਂ ਇੰਨੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਆਪਾਂ ਕਲਪਨਾ ਚਾਵਲਾ ਵਰਗੀ ਜਿਹੜੀ ਆਪਣੀਆਂ ਦੇਸ਼ ਦੀਆਂ ਨੌਜਵਾਨ ਕੁੜੀਆਂ ਜਿਨ੍ਹਾਂ ਨੇ ਆਪਣੇ ਦੇਸ਼ ਵਾਸਤੇ ਆਪਣੀ ਜਾਨ ਵੀ ਵਾਰ ਦਿੱਤੀ, ਉਹਨਾਂ ਨੂੰ ਭੁੱਲ ਕੇ ਆਪਾਂ ਇੰਨੇ ਪੜ੍ਹੇ ਲਿਖੇ ਹੋ ਕੇ ਵੀ ਆਪਾਂ ਭਰੂਣ ਹੱਤਿਆ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਆਓ ਆਪਾਂ ਹੁਣ ਬਾਕੀ ਬੱਚਿਆਂ ਨਾਲ ਇੱਥੇ ਗੱਲ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਕੀ ਕਹਿਣਾ ਚਾਹੋਗੇ ਤੁਸੀਂ ਭਰੂਣ ਹੱਤਿਆਂ ਲੈ ਕੇ? ਸਰ, ਭਰੂਣ ਹੱਤਿਆ ਇੱਕ ਜੁਰਮ ਹੈ, ਇੱਕ ਪਾਪ ਹੈ। ਕਾਨੂੰਨ ਦੀ ਨਜ਼ਰ ਵਿੱਚ ਇਹ ਬਹੁਤ ਬੜਾ ਜੁਰਮ ਹੈ ਅਤੇ ਇੱਕ ਸਜ਼ਾ ਵੀ ਹੁੰਦੀ ਆ। ਅਤੇ ਲੋਕਾਂ ਦੀ ਇੱਕ ਸਮਾਜ ਦੀ ਇੱਕ ਸੋਚਣੀ ਆ ਵੀ ਜਿਹੜੀ ਇੱਕ ਕੁੜੀ ਹੁੰਦੀ ਆ ਉਹ ਸਿਰਫ ਲੈਂਦੀ ਆ, ਸਿਰਫ ਲੈਂਦੀ ਆ ਮਾਂ ਬਾਪ ਤੋਂ, ਸਮਾਜ ਤੋਂ ਲੈਂਦੀ ਆ, ਅਤੇ ਕਦੇ ਵੀ ਆਪਣੇ ਮਾਂ ਬਾਪ ਨੂੰ ਕੁਛ ਦਿੰਦੀ ਨਹੀਂ। ਇਸੇ ਸੋਚਣੀ ਕਰਕੇ ਹੀ ਲੋਕ ਦਾਜ ਪ੍ਰਥਾ ਕਰਦੇ ਨੇ, ਇਸੇ ਸੋਚਣੀ ਕਰਕੇ ਉਹਨਾਂ ਨੂੰ ਪੜ੍ਹਾਇਆ ਨਹੀਂ ਜਾਂਦਾ, ਇਸੇ ਕਰਕੇ ਉਹਨਾਂ ਦੀ ਭਰੂਣ ਹੱਤਿਆ ਵੀ ਕੀਤੀ ਜਾਂਦੀ ਆ। ਅਤੇ ਉਹਨਾਂ ਦਾ ਸੋਚਣਾ ਵੀ ਜਿਹੜੇ ਮੁੰਡੇ ਨੇ ਜਦੋਂ ਉਹ ਹੋਣਗੇ ਉਹਨਾਂ ਨੂੰ ਸਾਡੇ ਘਰੇ ਕਮਾਈ ਆਊਗੀ, ਸਾਡੇ ਘਰ ਦੀ ਬਰਕਤ ਹੋਊਗੀ ਅਤੇ ਸਾਡਾ ਜਿਹੜਾ ਪੀੜ੍ਹੀ ਹੈ ਸਾਡੀ ਅੱਗੇ ਵਧੂਗੀ। ਅਤੇ ਇਸੇ ਸੋਚਣੀ ਕਰਕੇ ਭਰੂਣ ਹੱਤਿਆ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਅਤੇ ਮੇਰਾ ਸੋਚਣਾ ਵੀ ਇਹਨੂੰ ਕੁਛ ਹੱਦ ਤੱਕ ਤਾਂ ਅਸੀਂ ਕੰਟਰੋਲ ਕਰ ਚੁੱਕੇ ਹਾਂ, ਪਰ ਪੂਰੀ ਤਰ੍ਹਾਂ ਹਜੇ ਨੂੰ ਆਪਾਂ ਕੰਟਰੋਲ ਨਹੀਂ ਕਰ ਸਕਦੇ। ਇਸ ਨੂੰ ਕੰਟਰੋਲ ਕਰਨ ਲਈ ਸਾਨੂੰ ਆਪਣੀ ਸੋਚਣੀ ਅਤੇ ਆਪਣਾ ਸੁਭਾਅ ਬਦਲਣਾ ਪੈਣਾ, ਤਾਂ ਹੀ ਭਰੂਣ ਹੱਤਿਆ ਨੂੰ ਕਦੇ ਵੀ ਖਤਮ ਹੋ ਸਕਦੀ ਆ। ਜੀ, ਥੈਂਕ ਯੂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਆਪਾਂ ਦੇਖ ਰਹੇ ਹਾਂ ਕਿ ਆਪਣੇ ਸਮਾਜ ਦੇ ਵਿੱਚ ਜਿਹੜਾ ਦਹੇਜ ਪ੍ਰਥਾ ਨੂੰ ਲੈ ਕੇ ਇੱਕ ਬਹੁਤ ਬੜਾ ਮਸਲਾ ਸਾਹਮਣੇ ਆ ਰਿਹਾ, ਜਿੱਦਾਂ ਆਪਾਂ ਦੇਖਦੇ ਹਾਂ ਕਿ ਆਪਣੇ ਜਿਹੜੇ ਜ਼ਿਮੀਂਦਾਰ ਭਰਾ ਨੇ ਜਾਂ ਹੋਰ ਵੀ ਜਿਹੜਾ ਤਬਕਾ ਹੈਗਾ, ਉਹ ਦਹੇਜ ਨੂੰ ਲੈ ਕੇ ਇੱਕ ਦੂਜੇ ਨੂੰ ਦੇਖ ਦਖੀਏ ਦੇ ਨਾਲ ਨਾਲ ਉਹ ਆਪਣੇ ਬੱਚਿਆਂ ਨੂੰ ਜਿਹੜਾ ਜ਼ਿਆਦਾ ਵੱਧ ਤੋਂ ਵੱਧ ਦਹੇਜ ਦੇਣ ਦੀ ਕੋਸ਼ਿਸ਼ ਕਰਦਾ, ਤੁਸੀਂ ਕੀ ਕਰਨ ਸਮਝਦੇ ਹੋ ਅਤੇ ਕੀ ਚੰਗੀ ਚੀਜ਼ ਆ ਦਹੇਜ ਦੇਣਾ? ਦੇਸ਼ ਦੇਣਾ ਬਿਲਕੁਲ ਚੰਗੀ ਗੱਲ ਨਹੀਂ ਹੈ, ਕਿਉਂਕਿ ਲੋਕੀ ਚਾਹੁੰਦੇ ਨੇ ਕਿ ਜੇ ਮੈਂ ਦੂਜਿਆਂ ਨੂੰ ਆਪਣਾ ਦਰਜਾ ਦਿਖਾਵਾਂ। ਦਰਜਾ ਦਿਖਾਉਣ ਦੇ ਲੋਕੀ ਕੁਛ ਵੀ ਹੱਦ ਤੱਕ ਜਾ ਸਕਦੇ ਨੇ, ਚਾਹੇ ਉਹ ਦਹੇਜ ਹੈ, ਚਾਹੇ ਉਹ ਭਰੂਣ ਹੱਤਿਆ ਆ, ਚਾਹੇ ਕੁਛ ਵੀ ਹੈ, ਠੀਕ ਹੈ। ਆਪਣਾ ਦਰਜਾ ਉੱਚਾ ਦਿਖਾਉਣ ਦੇ ਲਈ ਵੀ ਦੁਨੀਆ ਸਾਡੇ ਬਾਰੇ ਕੀ ਸੋਚਦੀ ਹੈ, ਉਹਨਾਂ ਨੂੰ ਇਹ ਨਹੀਂ ਕਿ ਅਸੀਂ ਕੀ ਹਾਂ, ਉਹ ਦੁਨੀਆ ਬਾਰੇ ਜ਼ਿਆਦਾ ਸੋਚਦੇ ਨੇ। ਇਸ ਕਰਕੇ ਸਾਰੇ ਮਸਲਿਆਂ ਦਾ ਹੱਲ ਇਹ ਹੈ ਕਿ ਲੋਕਾਂ ਦੀ ਸੋਚਣੀ ਅੱਜ ਕੱਲ੍ਹ ਬਹੁਤ ਬਦਲ ਚੁੱਕੀ ਹੈ, ਠੀਕ ਹੈ। ਉਹ ਮਤਲਬ ਆਪਣੇ ਸਟੇਟਸ 'ਤੇ
ਚਾਹੁੰਦੇ ਨੇ ਉਹ ਇਹ ਨਹੀਂ ਚਾਹੁੰਦੇ ਕਿ ਅਸੀਂ ਆਪਣੇ ਆਪ ਨੂੰ ਸੁਧਾਰੀਏ, ਉਹ ਲੋਕਾਂ ਨੂੰ ਸੁਧਾਰਨ ਦੀ ਜ਼ਿਆਦਾ ਕੋਸ਼ਿਸ਼ ਕਰ ਰਹੇ ਨੇ ਜੀ। ਥੈਂਕ ਯੂ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਤੁਹਾਡਾ? ਅਮਨਪ੍ਰੀਤ ਕੌਰ। ਅਮਨ ਜੀ ਕਿੱਥੋਂ ਆਉਂਦੇ ਤੁਸੀਂ ਇਸ ਕਾਲਜ? ਮੈਂ ਸ਼ਾਨ ਫਤਿਹਗੜ੍ਹ ਸਾਹਿਬ ਤੋਂ ਆਉਂਦੀ ਹਾਂ ਜੀ। ਕੀ ਕਹਿਣਾ ਚਾਹੋਗੇ ਤੁਸੀਂ ਦਹੇਜ ਪ੍ਰਥਾ ਨੂੰ ਲੈ ਕੇ? ਮੈਂ ਇਹ ਕਹਿਣਾ ਚਾਹੂੰਗੀ ਕਿ ਜਿਹੜੀ ਦਹੇਜ ਪ੍ਰਥਾ ਹੈ ਇਹ ਅੱਜ ਸਾਡੇ ਸਮਾਜ ਵਿੱਚ ਬਹੁਤ ਹੀ ਬੁਰੀ ਚੀਜ਼ ਹੈ। ਮਤਲਬ ਜਿਵੇਂ ਆਪਾਂ ਦੇਖ ਸਕਦੇ ਹਾਂ ਕਿ ਆਪਾਂ ਅਖਬਾਰ ਵੀ ਪੜ੍ਹਦੇ ਹਾਂ ਤਾਂ ਹਮੇਸ਼ਾ ਇੱਕੋ ਹੀ ਚੀਜ਼ ਲਿਖੀ ਹੁੰਦੀ ਹੈ ਕਿ ਕਿਸੇ ਨੇ ਕੁੜੀ ਨੂੰ ਤੇਲ ਪਾ ਕੇ ਸਾੜਤਾ ਜਾਂ ਕੁਛ ਹੋਰ ਕਰਤਾ ਜਾਂ ਕੁੜੀ ਨੇ ਆਪ ਸੁਸਾਈਡ ਕਰ ਲਿਆ। ਇਹ ਜੇ ਆਪਾਂ ਦਹੇਜ ਨਹੀਂ ਦਿੰਦੇ ਹੈਗੇ ਤਾਂ ਫਿਰ ਅੱਗੇ ਕਰਦੇ ਜਿਹੜੇ ਮੁੰਡੇ ਵਾਲੇ ਹੁੰਦੇ ਆ ਉਹ ਤੰਗ ਕਰਦੇ ਆ ਕੁੜੀ ਨੂੰ ਜਲਾ ਦਿੰਦੇ ਆ। ਇਹ ਸਾਡੇ ਸੋਚ ਦੀ ਜਿਹੜੀ ਸਮਾਜ ਦੀ ਸੋਚ ਹੈ ਬਿਲਕੁਲ ਚੰਗੀ ਨਹੀਂ ਹੈਗੀ ਜੀ। ਥੈਂਕ ਯੂ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਤੁਹਾਡਾ? ਸੁਖਪ੍ਰੀਤ ਕੌਰ। ਸੁਖ ਜੀ ਕਿੰਨੇ ਟਾਈਮ ਤੋਂ ਇਸ ਕਾਲਜ ਦੇ ਵਿੱਚ ਤੁਸੀਂ ਸਟੱਡੀ ਕਰ ਰਹੇ ਹੋ? ਮੇਰਾ ਸੈਕਿੰਡ ਈਅਰ ਹੈ ਜੀ। ਓਕੇ, ਤੇ ਫਾਦਰ ਸਾਹਿਬ ਕੀ ਕਰਦੇ ਨੇ ਤੁਹਾਡੇ? ਮੇਰੇ ਪਾਪਾ ਇੱਕ ਪ੍ਰਾਈਵੇਟ ਜੋਬ ਕਰਦੇ ਨੇ। ਓਕੇ, ਤੇ ਕੀ ਸੰਬੰਧ ਤੁਸੀਂ ਕੀ ਕਰਨ ਆਪਣੇ ਜਿਹੜੀ ਭਰੂਣ ਹੱਤਿਆ ਹੋ ਰਹੀ ਅੱਜ ਦੇ ਟਾਈਮ ਦੇ, ਇੰਨੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਮਾਪੇ ਜਿਹੜੇ ਬੱਚਿਆਂ ਨੂੰ ਧੀਆਂ ਨੂੰ ਜਿਹੜੇ ਆਉਣ ਵਾਲਾ ਭਵਿੱਖ ਆ ਉਹਨਾਂ ਨੂੰ ਕੁੱਖਾਂ ਦੇ ਵਿੱਚ ਮਾਰ ਰਹੇ ਨੇ, ਕੀ ਕਾਰਨ ਸੰਬੰਧ ਤੁਸੀਂ ਇਹਦੇ ਪਿੱਛੇ? ਜੀ ਅੱਜ ਕੱਲ੍ਹ ਆਪਾਂ ਦੇਖੀਏ ਤਾਂ ਅੱਜ ਕੱਲ੍ਹ ਬਹੁਤ ਅਪਰਾਧ ਵੱਧਦੇ ਜਾ ਰਹੇ ਹਾਂ। ਆਪਾਂ ਹਰੇਕ ਦਿੱਲੀ 'ਚ ਵੀ ਆਪਾਂ ਦੇਖਦੇ ਹਾਂ ਕਈ ਦੁਰਘਟਨਾਵਾਂ ਹੁੰਦੀਆਂ ਨੇ, ਹੈ ਨਾ, ਅਤੇ ਉਹਨਾਂ ਹੀ ਦੁਰਘਟਨਾਵਾਂ ਦੇ ਕਾਰਨ ਜਿਹੜੇ ਮਾਪੇ ਅੱਜ ਕੱਲ੍ਹ ਡਰ ਰਹੇ ਹਾਂ, ਤਾਂ ਕਰਕੇ ਉਹ ਆਪਣੀ ਧੀਆਂ ਨੂੰ ਅੱਗੇ ਨਹੀਂ ਦੇਣਾ, ਵਧਣ ਨਹੀਂ ਦੇਣਾ ਚਾਹੁੰਦੇ ਹੈਗੇ, ਉਹ ਕੁੱਖ ਦੇ ਵਿੱਚ ਹੀ ਮਾਰਨਾ ਚਾਹੁੰਦੇ ਆ, ਹੈ ਨਾ। ਅਤੇ ਅੱਜ ਕੱਲ੍ਹ ਜਿਹੜੀ ਧੀਆਂ ਏ ਉਹ ਚਾਹੇ ਉਹ ਬਹੁਤ ਪੜ੍ਹ ਰਹੀਆਂ, ਹੈ ਨਾ, ਪਰ ਉਹਨਾਂ ਦੇ ਅੰਦਰ ਵੀ ਹਾਲੇ ਡਰ ਹੈਗਾ ਏ, ਉਹਨਾਂ ਨੂੰ ਸਮਾਜ ਤੋਂ ਬਹੁਤ ਡਰ ਲੱਗਦਾ। ਜਿਹੜਾ ਆਹ ਸਮਾਜ ਹੈ ਇਹਨਾਂ ਕਾਰਨ ਹੀ ਹੈ ਜਿਹੜੇ ਆਪਣੇ ਅੱਜ ਕੱਲ੍ਹ ਦੇ ਲੋਕ ਆ ਉਹ ਫਿਰ ਦੁਬਾਰਾ ਤੋਂ ਪਿਛਲੀ ਸਦੀ ਦੇ ਵਿੱਚ ਹੀ ਜਾ ਰਹੇ ਹਾਂ ਕਿ ਧੀਆਂ ਨੂੰ ਅੱਗੇ ਨਹੀਂ ਵਧਣ ਦੇਣਾ ਚਾਹੁੰਦੇ। ਜੀ ਜੀ, ਥੈਂਕ ਯੂ। ਜਿੱਦਾਂ ਆਪਾਂ ਪਿਆਰੇ ਦਰਸ਼ਕੋ ਦੇਖ ਸਕਦੇ ਹਾਂ ਕਿ ਇਸ ਲੜਕੀ ਨੇ ਜਿਹੜਾ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਵੀ ਦਿੱਲੀ ਦੇ ਵਿੱਚ ਵੀ ਜਿਹੜੇ ਬਹੁਤ ਜ਼ਿਆਦਾ ਕਾਂਡ ਹੋ ਰਹੇ ਨੇ ਅਤੇ ਉਹ ਵੀ ਕਿਤੇ ਨਾ ਕਿਤੇ ਬਹੁਤ ਬੜਾ ਕਾਰਨ ਬਣਦਾ ਜਾ ਰਿਹਾ ਦਿਨ ਪਰ ਦਿਨ ਭਰੂਣ ਹੱਤਿਆ ਦਾ। ਪਰ ਮੈਂ ਤੁਹਾਨੂੰ ਦੱਸਣਾ ਚਾਹਾਂ ਕਿ ਜਿਹੜਾ ਆਪਣਾ ਵੈਸਟਰਨ ਕਲਚਰ ਆਪਾਂ ਆਪਣੇ ਪੰਜਾਬ ਨੂੰ ਪੰਜਾਬ ਦੇ ਵਿੱਚ ਲੈ ਕੇ ਆ ਰਹੇ ਹਾਂ ਜਾਂ ਹੋਰ ਸਟੇਟਾਂ ਦੇ ਵਿੱਚ ਲੈ ਕੇ ਆ ਰਹੇ ਹਾਂ, ਉਹ ਵੀ ਕਿਤੇ ਨਾ ਕਿਤੇ ਜਿਹੜਾ ਇਹ ਗਲਤ ਕੰਮ ਹੁੰਦੇ ਨੇ ਉਹਨਾਂ ਦਾ ਕਿਤੇ ਨਾ ਕਿਤੇ ਕਾਰਨ ਬਣਦਾ। ਆਪਾਂ ਇਹਨਾਂ ਨਾਲ ਬੱਚਿਆਂ ਨਾਲ ਗੱਲ ਕਰਦੇ ਹਾਂ ਕਿ ਇਹਨਾਂ ਦਾ ਕੀ ਕਹਿਣਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਸਮਝਦੇ ਹੋ ਤੁਸੀਂ ਭਰੂਣ ਹੱਤਿਆ ਦੇ ਕੀ ਮੁੱਖ ਕਾਰਨ ਨੇ? ਸਰ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗੀ ਜਿੰਨੇ ਵੀ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਜਿੰਨੇ ਵੀ ਈਵਲ ਟੋਪਿਕਸ ਚੱਲ ਰਹੇ ਨੇ, ਸਭ ਦੇ ਪਿੱਛੇ ਸਭ ਤੋਂ ਬੜਾ ਕਾਰਨ ਹੈ ਨਸ਼ੇ ਦਾ। ਕਿਉਂਕਿ ਨਸ਼ੇ ਦੇ ਵਿੱਚ ਹੀ ਆ ਕੇ ਇਨਸਾਨ ਇਹੋ ਜਿਹੇ ਕਦਮ ਚੁੱਕਦਾ ਹੈ ਕਿ ਉਹ ਇਹੋ ਜਿਹੀਆਂ ਗਲਤੀਆਂ ਕਰਦਾ ਹੈ ਕਿ ਬਾਅਦ ਦੇ ਵਿੱਚ ਉਹਨੂੰ ਫਿਰ ਸਜ਼ਾ ਭੁਗਤਣੀ ਪੈਂਦੀ ਹੈ, ਚਾਹੇ ਉਹਨੂੰ ਚਾਹੇ ਉਸ ਤੋਂ ਅੱਗੇ ਉਸਦੇ ਬੱਚਿਆਂ ਨੂੰ। ਜਿਵੇਂ ਹੁਣ ਆਪਾਂ ਭਰੂਣ ਹੱਤਿਆ ਦੀ ਗੱਲ ਕਰੀਏ, ਜਿਵੇਂ ਹੁਣੀ ਥੋੜ੍ਹੀ ਦੇਰ ਪਹਿਲਾਂ ਤੁਸੀਂ ਗੱਲ ਕੀਤੀ ਸੀ ਕਲਪਨਾ ਚਾਵਲਾ ਜੀ ਬਾਰੇ, ਤਾਂ ਤੁਹਾਨੂੰ ਕੀ ਲੱਗਦਾ ਕਲਪਨਾ ਚਾਵਲਾ ਨੂੰ ਕਦੇ ਕਿਸੇ ਨੇ ਰੋਕਿਆ ਨਹੀਂ ਹੋਏਗਾ? ਉਹਨਾਂ ਦੇ ਮਾਂ ਬਾਪ ਨੂੰ ਕਿ ਤੁਹਾਡੀ ਕੁੜੀ ਇੰਨੀ ਦੂਰ ਜਾ ਕੇ ਕੀ ਕਰੇਗੀ? ਤਾਂ ਸਾਨੂੰ ਸਭ ਨੂੰ ਪਤਾ ਕਿ ਕਲਪਨਾ ਚਾਵਲਾ ਨੇ ਚਾਂਦ ਤੇ ਜਾ ਕੇ ਕੀ ਕੀਤਾ। ਉਸ ਤੋਂ ਬਾਅਦ ਦਹੇਜ ਪ੍ਰਥਾ ਦੀ ਗੱਲ ਆਉਂਦੀ ਹੈ, ਇਹਨਾਂ ਗੱਲਾਂ ਪਿੱਛੇ ਕਿਤੇ ਨਾ ਕਿਤੇ ਆਪਾਂ ਯੰਗਸਟਰਸ ਵੀ ਬਹੁਤ ਜ਼ਿਆਦਾ ਜ਼ਿੰਮੇਵਾਰ ਨੇ, ਕਿਉਂਕਿ ਇੱਕ ਤਾਂ ਯੰਗਸਟਰ ਦੀ ਡਿਮਾਂਡਾਂ ਦਿਨ ਬਦਿਨ ਵਧੀ ਜਾਂਦੀਆਂ ਨੇ, ਅਤੇ ਉਸ ਤੋਂ ਬਾਅਦ ਯੰਗਸਟਰਸ ਅੱਜ ਕੱਲ੍ਹ ਵੈਸਟਰਨ ਕਲਚਰ ਦੇ ਪਿੱਛੇ ਇੰਨੇ ਜ਼ਿਆਦਾ ਚਲੇ ਗਏ ਕਿ ਮਾਂ ਬਾਪ ਬਾਅਦ ਦੇ ਵਿੱਚ ਇਹੀ ਸੋਚਦੇ ਨੇ ਕਿ ਇਸ ਤੋਂ ਵਧੀਆ ਤਾਂ ਇਹੀ ਹੁੰਦਾ ਕਿ ਇਹਨਾਂ ਨੂੰ ਅਸੀਂ ਕੋਖ ਦੇ ਵਿੱਚ ਹੀ ਮਾਰ ਦਿੰਦੇ। ਕਿਉਂਕਿ ਇਹਨਾਂ ਦੇ ਪਿੱਛੇ ਕਿਤੇ ਨਾ ਕਿਤੇ ਰੀਜ਼ਨ ਇਹ ਹੈ ਕਿ ਆਪਾਂ ਦੇਖਦੇ ਹਾਂ ਚੰਡੀਗੜ੍ਹ ਵਗੈਰਾ ਹੋ ਗਿਆ, ਐਵੇਂ ਦੇ ਬੜੇ ਬੜੇ ਸ਼ਹਿਰ ਜਿੱਥੇ ਕੁੜੀਆਂ ਜਾਂਦੀਆਂ ਨੇ ਸਟੱਡੀ ਕਰਦੀਆਂ ਨੇ, ਲੇਕਿਨ ਇੱਕ ਗਲਤ ਸੰਗਤੀ ਦੇ ਕਾਰਨ ਉਹ ਨਸ਼ੇ ਦੇ ਵਿੱਚ ਪੈ ਜਾਂਦੀਆਂ ਨੇ। ਬਾਅਦ ਦੇ ਵਿੱਚ ਜਿਹੜਾ ਸਾਰਾ ਦਬਾਅ ਆਉਂਦਾ ਉਹਨਾਂ ਦੇ ਮਾਂ ਬਾਪ 'ਤੇ ਆਉਂਦਾ, ਉਹਨਾਂ ਨੂੰ ਸਾਰਾ ਕੁਛ ਝੇਲਣਾ ਪੈਂਦਾ। ਅਤੇ ਐਂਡ ਦੇ ਵਿੱਚ ਮੈਂ ਇੱਕ ਗੱਲ ਕਹਿਣਾ ਚਾਹਾਂਗੀ ਕਿ ਭਰੂਣ ਹੱਤਿਆ ਦੇ ਪਿੱਛੇ ਅਤੇ ਦਹੇਜ ਪਿੱਛੇ ਸਭ ਤੋਂ ਬੜਾ ਰੀਜ਼ਨ ਇਹ ਹੈ ਕਿ ਦੁਨੀਆ ਦਾ ਸਭ ਤੋਂ ਬੜਾ ਰੋਗ ਕੀ ਕਹਿਣਗੇ ਲੋਕ। ਕਿਉਂਕਿ ਜੇ ਆਪਾਂ ਆਪਣੀ ਕੁੜੀ ਨੂੰ ਦਹੇਜ ਦੇ ਵਿੱਚ ਆ ਨਾ ਦਿੱਤਾ ਤਾਂ ਆਂਢ ਗੁਆਂਢ ਕੀ ਕਹੂਗਾ ਕਿ ਤੁਸੀਂ ਆਪਣੀ ਕੁੜੀ ਨੂੰ ਕੁਛ ਦੇ ਨਹੀਂ ਸਕੇ? ਸਹੁਰੇ ਵਾਲੇ ਕੀ ਕਹਿਣਗੇ ਕੁੜੀਆਂ ਦੇ ਕਿ ਤੁਸੀਂ ਆਪਣੀ ਕੁੜੀ ਨੂੰ ਕੀ ਦੇ ਕੇ ਭੇਜਿਆ? ਤਾਂ ਸਭ ਤੋਂ ਬੜਾ ਰੋਗ ਇਹ ਹੈ ਕਿ ਸਾਰੀ ਦੁਨੀਆ ਦੇਖ ਕੇ ਗੱਲਾਂ ਕਰਦੇ ਕਿ ਤੁਸੀਂ ਆਪਣੀ ਧੀ ਨੂੰ ਕੁਛ ਕਰ ਨਹੀਂ ਸਕੇ, ਤੁਸੀਂ ਉਹਦੇ ਵਾਸਤੇ ਕੁਛ ਦੇ ਨਹੀਂ ਸਕੇ। ਪਰ ਜਿੱਦਾਂ ਆਪਾਂ ਦੇਖਦੇ ਹਾਂ ਕਿ ਅੱਜ ਦੇ ਟਾਈਮ ਦੇ ਵਿੱਚ ਵੀ ਇੱਕ ਪਾਸੇ ਦਾ ਆਪਣਾ ਆਪਣੇ ਅੱਜ ਦੇ ਟਾਈਮ ਦੇ ਵਿੱਚ ਹਰੇਕ ਦੇ ਆਪਣੇ ਮਾਪੇ ਵੀ ਪੜ੍ਹੇ ਲਿਖੇ ਹੁੰਦੇ ਨੇ ਅਤੇ ਆਪਾਂ ਵੀ ਪੜ੍ਹੇ ਲਿਖੇ ਹੋ ਰਹੇ ਹਾਂ ਗਾਂ ਗਾਂ, ਅਤੇ ਆਪਾਂ ਫਿਰ ਵੀ ਇੱਕ ਅੰਧ ਵਿਸ਼ਵਾਸ ਆਪਾਂ ਉਹਨੂੰ ਕਹਿ ਸਕਦੇ ਕਿ ਅੰਧ ਵਿਸ਼ਵਾਸ ਦੇ ਪਿੱਛੇ ਲੱਗ ਕੇ ਫਿਰ ਵੀ ਆਪਾਂ ਜਿਹੜਾ ਦਹੇਜ ਇੱਕ ਦੂਜੇ ਨੂੰ ਦੇਖ ਕੇ ਦਹੇਜ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਉਹ ਦਹੇਜ ਦੇਣ ਦੇ ਨਾਲ ਨਾਲ ਫਿਰ ਆਪਾਂ ਆਪਣੇ ਜਿਹੜੇ ਮਾਂ ਪਿਓ ਹੁੰਦੇ ਨੇ ਉਹ ਜ਼ਿਮੀਂਦਾਰ ਜਿਹੜਾ ਇੱਕ ਦੇਖਦੇ ਆਪਾਂ ਦਿਨ ਪਰ ਦਿਨ ਫਿਰ ਫਾਹੇ ਲੈਣ ਦੇ ਉੱਤੇ ਵੀ ਮਜਬੂਰ ਹੁੰਦਾ ਜਾ ਰਿਹਾ, ਉਹ ਦਿਨ ਪਰ ਦਿਨ ਖੇਤੀ ਤੋਂ ਦੂਰ ਹੋ ਕੇ ਸੁਸਾਈਡ ਕਰਨ ਦੀ ਕੋਸ਼ਿਸ਼ ਕਰ ਰਿਹਾ, ਅਤੇ ਆਪਣੇ ਫੈਮਿਲੀ ਨੂੰ ਛੱਡ ਕੇ ਉੱਤੇ ਜਾਣ ਦੀ ਭੱਜਣ ਦੀ, ਇਹ ਸਾਰੇ ਆਪਣੇ ਜੋ ਵੀ ਉਹਦਾ ਸਿਸਟਮ ਹੁੰਦਾ ਉਹ ਤੋਂ ਦੂਰ ਹੋਣ ਦੀ ਇੱਕ ਕੋਸ਼ਿਸ਼ ਕਰਦਾ ਉਹ। ਤੁਸੀਂ ਕੀ ਸਮਝਦੇ ਹੋ ਕਿ
ਸਰ ਇਹਦੇ ਵਾਸਤੇ ਆਪਾਂ ਕੋਈ ਐਕਸਰਸਾਈਜ਼ ਵਗੈਰਾ ਨਹੀਂ ਕਰ ਸਕਦੇ, ਨਾ ਆਪਾਂ ਕੋਈ ਮੈਡੀਸਿਨਸ ਲੈ ਸਕਦੇ ਹਾਂ। ਇਹਦੇ ਵਾਸਤੇ ਬਸ ਇੱਕ ਚੀਜ਼ ਕਰਨ ਦੀ ਲੋੜ ਹੈ ਕਿ ਆਪਾਂ ਨੂੰ ਆਪਣੀ ਮੈਂਟੈਲਿਟੀ ਠੀਕ ਕਰਨੀ ਹੈ, ਕਿਉਂਕਿ ਹਰ ਇੱਕ ਇਨਸਾਨ ਦੀ ਅਗਰ ਸੋਚ ਐਸੀ ਹੋਏਗੀ ਕਿ ਮੈਂ ਇਹ ਚੀਜ਼ ਨਹੀਂ ਕਰਨੀ, ਮੈਂ ਇਹ ਚੀਜ਼ ਨਹੀਂ ਕਰੂੰਗਾ, ਤਾਂ ਸਭ ਕੁਛ ਉਵੇਂ ਹੀ ਹੋਏਗਾ। ਇਹ ਗੱਲ ਇੱਕ ਇਨਸਾਨ ਤੋਂ ਸ਼ੁਰੂ ਹੋ ਕੇ ਬਹੁਤ ਸਾਰੇ ਜਣਿਆਂ ਤੱਕ ਪਹੁੰਚਦੀ ਹੈ। ਫੋਰ ਐਗਜ਼ਾਮਪਲ, ਆਪਾਂ ਕਿਸੇ ਕੋਲ ਦੇਖਦੇ ਹਾਂ ਕਿਸੇ ਨੇ ਮਹਿੰਗੀ ਗੱਡੀ ਲਿੱਤੀ ਹੈ, ਇੱਕ ਵਾਰੀ ਆਪਣੇ ਦਿਲ 'ਚ ਵੀ ਹੁੰਦਾ ਕਿ ਹਾਂ ਮੈਂ ਵੀ ਇਹ ਗੱਡੀ ਲੈਣੀ ਹੈ, ਤਾਂ ਆਪਾਂ ਜਾ ਕੇ ਆਪਣੇ ਮਾਂ ਬਾਪ ਕੋਲ ਡਿਮਾਂਡ ਕਰਦੇ ਹਾਂ। ਜਿਹੜੇ ਮੁੰਡੇ ਹੁੰਦੇ ਆਪਣੇ ਮਾਂ ਬਾਪ ਨੂੰ ਕਹਿੰਦੇ ਆ, ਤਾਂ ਉਹ ਮਾਂ ਬਾਪ ਕੀ ਸੋਚਦੇ ਨੇ, ਚਲੋ ਆਪਣੇ ਅਸੀਂ ਮੁੰਡੇ ਦਾ ਵਿਆਹ ਕਰਨਾ ਹੈ, ਅੱਗੇ ਜਿਹੜੀ ਕੁੜੀ ਆਊਗੀ ਅਸੀਂ ਉਹਨਾਂ ਨੂੰ ਕਹਾਂਗੇ, ਤਾਂ ਇੱਦਾਂ ਸਾਡੇ ਮੁੰਡੇ ਦੀ ਡਿਮਾਂਡ ਵੀ ਪੂਰੀ ਹੋ ਜਾਏਗੀ। ਤਾਂ ਜਦੋਂ ਤੱਕ ਆਪਾਂ ਆਪਣੀ ਮੈਂਟੈਲਿਟੀ ਨਹੀਂ ਠੀਕ ਕਰਦੇ ਕਿ ਮੈਂ ਖੁਦ ਕਮਾਊਂਗਾ ਅਤੇ ਖੁਦ ਆਪਣੇ ਪੈਸਿਆਂ ਤੋਂ ਲੈ ਕੇ ਆਊਂਗਾ, ਉਦੋਂ ਤੱਕ ਕੁਛ ਵੀ ਠੀਕ ਨਹੀਂ ਹੋ ਸਕਦਾ। ਤਾਂ ਸਭ ਤੋਂ ਜ਼ਰੂਰੀ ਹੈ ਕਿ ਆਪਾਂ ਆਪਣੀ ਮੈਂਟੈਲਿਟੀ ਨੂੰ ਇਹੋ ਜਿਹਾ ਬਣਾਈਏ ਕਿ ਸਾਨੂੰ ਕੋਈ ਡੋਰੀ ਸਿਸਟਮ ਹੋ ਗਿਆ, ਫੀਮੇਲ ਫੈਟੀਸਾਈਡਸ ਹੋ ਗਏ, ਐਵੇਂ ਦੀ ਕੋਈ ਚੀਜ਼ ਸਾਹਮਣੇ ਨਾ ਆਵੇ। ਜੀ, ਤੁਸੀਂ ਕਿੰਨਾ ਕੁ ਆਪਣੀ ਬੇਬੇ ਨੂੰ ਆਪਣੇ ਬਾਪੂ ਨੂੰ ਤੰਗ ਕਰਦੇ ਹੋ ਕਿ ਹਾਂ ਮੈਨੂੰ ਇਹ ਚਾਹੀਦਾ ਉਹ ਚਾਹੀਦਾ? ਨਹੀਂ ਜੀ, ਮੈਂ ਆਪਣੇ ਮੰਮੀ ਪਾਪਾ ਨੂੰ ਬਿਲਕੁਲ ਤੰਗ ਨਹੀਂ ਕਰਦੀ। ਇੱਕ ਤਾਂ ਮੇਰੇ ਐਕਚੁਅਲੀ ਮੈਂ ਆਪਣੇ ਮੰਮੀ ਪਾਪਾ ਦੀ ਇਕੱਲੀ ਇਕੱਲੀ ਕੁੜੀ ਹਾਂ, ਤਾਂ ਮੇਰੇ ਮੰਮੀ ਪਾਪਾ ਆਲਰੇਡੀ ਮੇਰੀ ਸਾਰੀ ਇੱਛਾਵਾਂ ਪੂਰੀ ਕਰਦੇ ਨੇ, ਅਤੇ ਇਹ ਗੱਲ ਮੈਨੂੰ ਕਦੇ ਕਿਸੇ ਨੇ ਸਿਖਾਈ ਨਹੀਂ ਕਿ ਬੇਟਾ ਆਹ ਨਹੀਂ ਕਰਨਾ ਉਹ ਨਹੀਂ ਕਰਨਾ। ਆਪਾਂ ਬੜੇ ਹੁੰਦੇ ਹਾਂ, ਸਮਾਜ 'ਚ ਆਉਂਦੇ ਜਾਂਦੇ ਹਾਂ, ਦੇਖਦੇ ਹਾਂ ਸਾਡੇ ਮਾਂ ਬਾਪ ਸਾਨੂੰ ਭੇਜਦੇ ਹਾਂ ਬਾਹਰ ਕਿ ਤੁਸੀਂ ਦੇਖੋ ਜਾ ਕੇ ਦੁਨੀਆ ਦਾ ਹਾਲ ਕੀ ਹੈ, ਉਹਦੇ ਅਕੋਰਡਿੰਗ ਅਸੀਂ ਖੁਦ ਸਮਝਦਾਰ ਮੰਨਦੇ ਹਾਂ ਕਿ ਹਾਂ ਇਹ ਚੀਜ਼ ਗਲਤ ਹੈ, ਸਾਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ। ਤਾਂ ਅਗਰ ਆਪਾਂ ਇਹ ਚੀਜ਼ ਕਰਾਂਗੇ ਤਾਂ ਅੱਗੇ ਜਾ ਕੇ ਉਹਦਾ ਕੀ ਇਫੈਕਟ ਪਏਗਾ ਸਾਡੇ ਉੱਤੇ, ਸਾਨੂੰ ਹੀ ਝੇਲਣਾ ਪਏਗਾ। ਤਾਂ ਕਰਕੇ ਅਸੀਂ ਖੁਦ ਸਮਝਦਾਰ ਹੁੰਦੇ ਹਾਂ ਕਿ ਹਾਂ ਇਹ ਚੀਜ਼ ਚੰਗੀ ਨਹੀਂ ਹੈ, ਤਾਂ ਇਹ ਚੀਜ਼ ਅਸੀਂ ਨਹੀਂ ਕਰਾਂਗੇ। ਜੀ ਹਾਂਜੀ, ਇਹਨਾਂ ਨੇ ਬਹੁਤ ਵਧੀਆ ਇਹਨਾਂ ਨੇ ਜਿਹੜਾ ਸਵਾਲਾਂ ਜਵਾਬ ਦਿੱਤੇ ਨੇ। ਪਲੀਜ਼ ਇੱਕ ਵਾਰ ਦੱਬ ਕੇ ਕਲੈਪਿੰਗ ਕਰ ਦਿਓ ਇਹਨਾਂ ਦੇ ਉੱਤੇ, ਹੈ ਨਾ। ਥੈਂਕ ਯੂ ਜੀ, ਧੰਨਵਾਦ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਆਉਂਦੇ ਹੋ ਤੁਸੀਂ ਪੜ੍ਹਨ? ਬਖਸ਼ੀ ਵਾਲੇ ਤੋਂ ਜੀ। ਬਖਸ਼ੀ ਵਾਲੇ ਤੋਂ? ਹਾਂਜੀ। ਅਤੇ ਕੀ ਸਮਝਦੇ ਹੋ ਤੁਸੀਂ ਕੀ ਕਰਨੇ ਭਰੂਣ ਹੱਤਿਆ ਦੇ? ਭਰੂਣ ਹੱਤਿਆ ਦੇ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਨਸ਼ਿਆਂ ਦਾ ਵੀ ਕਾਰਨ ਹੈਗਾ ਕਿ ਇਨਸਾਨ ਨੂੰ ਨਹੀਂ ਪਤਾ ਲੱਗਦਾ ਕਿ ਉਹ ਸਮਾਜ ਵਿੱਚ ਦੇਖਦਾ ਕਿ ਹਾਂ ਕਿ ਉਹਦੇ ਕੋਲ, ਜਾਂ ਫਿਰ ਕਈਆਂ ਦੀ ਸੱਸ ਹੁੰਦੀ ਹੈ ਐਵੇਂ ਦੀ ਕਿ ਮੈਨੂੰ ਮੁੰਡਾ ਹੀ ਚਾਹੀਦਾ, ਕਈ ਇਹ ਵੀ ਕਾਰਨ ਹੁੰਦੇ ਨੇ। ਅਤੇ ਇਹ ਸਮਾਜ ਵਿੱਚ ਬਹੁਤ ਜ਼ਿਆਦਾ ਫੈਲ ਰਿਹਾ ਭਰੂਣ ਹੱਤਿਆ, ਅਤੇ ਅੱਗੇ ਅੱਗੇ ਤੱਕ ਵੀ ਜੇ ਇਸਨੂੰ ਹੁਣ ਤੱਕ ਨਾ ਰੋਕਿਆ ਜਾਏ ਤਾਂ ਬਹੁਤ ਜ਼ਿਆਦਾ ਅੱਗੇ ਵੱਧ ਸਕਦਾ। ਇਸ ਕਰਕੇ ਸਾਨੂੰ ਕਈ ਉਪਰਾਲੇ ਕਰਨੇ ਚਾਹੀਦੇ ਨੇ, ਜਿਵੇਂ ਕਿ ਸਰਕਾਰ ਨੇ ਵੀ ਸਾਡੇ ਲਈ ਕਈ ਉਪਰਾਲੇ ਕੀਤੇ ਨੇ, ਪਰ ਅਸੀਂ ਉਹਨਾਂ ਕਦੇ ਸਰਕਾਰ ਦੀ ਕਦੇ ਜ਼ਿਆਦਾ ਮੰਨਦੇ ਨਹੀਂ, ਉਹਨਾਂ ਦੇ ਰੂਲਸ 'ਤੇ ਨਹੀਂ ਚੱਲਦੇ ਹੈਗੇ। ਕਈ ਸੰਵਿਧਾਨ ਲਾਗੂ ਕੀਤੇ ਨੇ ਸਰਕਾਰ ਨੇ ਸਾਡੇ ਵਾਸਤੇ, ਪਰ ਫਿਰ ਵੀ ਇਹ ਚੋਰੀ ਹੋ ਸਕਦਾ, ਇਹ ਚੋਰੀ ਹੁੰਦਾ ਹੋਸਪਿਟਲ 'ਚ। ਫਿਰ ਸਾਨੂੰ ਉਹਨਾਂ ਦੇ ਰੂਲਸ 'ਤੇ ਚੱਲਣਾ ਚਾਹੀਦਾ, ਸਰਕਾਰ ਦੇ ਜਿਹੜੇ ਸੰਵਿਧਾਨ ਦਿੱਤੇ ਨੇ, ਤਾਂ ਫਿਰ। ਥੈਂਕ ਯੂ ਜੀ, ਧੰਨਵਾਦ, ਬਹੁਤ ਵਧੀਆ ਤੁਸੀਂ ਵਧੀਆ ਤਰੀਕੇ ਦੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਤੁਹਾਡਾ? ਕਮਲਪ੍ਰੀਤ। ਕਮਲ ਜੀ, ਕਿੱਥੋਂ ਆਉਂਦੇ ਹੋ ਪੜ੍ਹਨ ਤੁਸੀਂ? ਮੈਂ ਫਤਿਹਗੜ੍ਹ ਸਾਹਿਬ ਤੋਂ ਆਉਂਦੀ ਹਾਂ। ਕਿੰਨਾ ਟਾਈਮ ਪੜ੍ਹਦੇ ਹੋ ਸਾਰਾ ਦਿਨ 'ਚ ਕਾਲਜ 'ਚ? ਸਾਰਾ ਦਿਨ। ਸੱਚ ਸੱਚ ਬੋਲਣਾ ਹੈ। ਕਿੰਨਾ ਟਾਈਮ ਪੜ੍ਹਦੇ ਹੋ ਕਾਲਜ ਦੇ ਵਿੱਚ? ਮੈਂ ਸਾਰਾ ਦਿਨ ਲੈਕਚਰ ਤਾਂ ਲਾਈਦੇ ਹਾਂ। ਓਕੇ, ਕਿੰਨਾ ਕੁ ਤੁਸੀਂ ਫੋਕਸ ਕਰਦੇ ਹੋ ਆਪਣੇ ਜਿਹੜੇ ਤੁਹਾਨੂੰ ਲੈਕਚਰਦਾਰ ਪੜ੍ਹਾਉਂਦੇ ਹੋ, ਕਿੰਨਾ ਕੁ ਫੋਕਸ ਹੁੰਦਾ ਉਹਨਾਂ ਦੇ ਲੈਕਚਰਾਂ 'ਤੇ ਤੁਸੀਂ ਤੁਹਾਡਾ? ਦੇਖੋ, ਇਹ ਤਾਂ ਡਿਪੈਂਡ ਕਰਦਾ ਹੈ ਲੈਕਚਰ ਕਿੰਨਾ ਇੰਟਰਸਟਿੰਗ ਹੈ। ਓਕੇ, ਬਾਕੀ ਜਿਹੜਾ ਨਹੀਂ ਇੰਟਰਸਟਿੰਗ ਹੁੰਦਾ ਉਹਦੇ ਤੁਸੀਂ ਫਿਰ ਕਿੱਦਾਂ ਕਰਦੇ ਹੋ? ਫੋਕਸ ਕਰਨਾ ਪੈਂਦਾ ਹੈ ਕਿਉਂਕਿ ਫਿਰ ਆਪਾਂ ਮਿਲਕਿ ਫਿਰ ਰਿਜ਼ਲਟ ਬੈਡ ਆਉਂਦਾ ਹੈ, ਇਸ ਲਈ ਉਹ 'ਤੇ ਵੀ ਫੋਕਸ ਕਰਨਾ ਹੀ ਪੈਂਦਾ ਹੈ। ਓਕੇ, ਚਲੋ ਠੀਕ ਆ। ਅਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਭਰੂਣ ਹੱਤਿਆ ਬਾਰੇ? ਮੈਂ ਭਰੂਣ ਹੱਤਿਆ ਬਾਰੇ ਇਹ ਕਹਿਣਾ ਚਾਹੁੰਦੀ ਹਾਂ ਕਿ ਆਪਾਂ ਇਹ ਨਹੀਂ ਕਹਿ ਸਕਦੇ ਪੁਰਾਣੇ ਟਾਈਮ 'ਚ ਹੁੰਦੀ ਸੀ, ਇਹ ਅੱਜ ਦੇ ਮਤਲਬ ਕਿ ਅੱਜ ਕੱਲ੍ਹ ਦਾ ਯੂਥ ਵੀ ਪੜ੍ਹਿਆ ਲਿਖਿਆ ਹੈ, ਅੱਜ ਕੱਲ੍ਹ ਦੇ ਟਾਈਮ 'ਚ ਵੀ ਬਹੁਤ ਵੱਡੀ ਪ੍ਰੋਬਲਮ ਹੈ। ਮੈਂ ਤਾਂ ਮਤਲਬ ਕਿ ਅੱਜ ਕੱਲ੍ਹ ਦੀ ਵੂਮੈਨ ਮਤਲਬ ਕਿ ਇੰਡੀਪੈਂਡੈਂਟ ਹੈ, ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਪੜ੍ਹੇ ਲਿਖੇ ਹੋ, ਜੇ ਤੁਹਾਡਾ ਹਸਬੈਂਡ ਤੁਹਾਨੂੰ ਮਤਲਬ ਕਿ ਤੁਹਾਨੂੰ ਨਹੀਂ ਸਮਝ ਰਿਹਾ ਤਾਂ ਡਿਵੋਰਸ ਦੇ ਦਿਓ, ਕਿਉਂਕਿ ਕਿਉਂਕਿ ਫਿਰ ਆਪਣੀ ਕੁੱਕ 'ਚ ਆਪਣੀ ਧੀ ਨੂੰ ਨਾ ਮਾਰੋ। ਠੀਕ ਹੈ, ਤੁਸੀਂ ਕੁਛ ਵੀ ਕਰ ਸਕਦੇ ਹੋ, ਤੁਸੀਂ ਜੋਬ ਕਰਦੇ ਹੋ, ਤੁਸੀਂ ਪੜ੍ਹੇ ਲਿਖੇ ਹੋ, ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ, ਮੇਰੀ ਸੋਚ ਤਾਂ ਐਵੇਂ ਦੀ ਹੈ। ਜੀ, ਥੈਂਕ ਯੂ ਕਮਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਆਉਂਦੇ ਹੋ ਪੜ੍ਹਨ ਤੁਸੀਂ? ਫਤਿਹਗੜ੍ਹ ਸਾਹਿਬ ਤੋਂ। ਵੈਰੀ ਗੁੱਡ। ਕਿੰਨਾ ਟਾਈਮ ਲੱਗਦਾ ਤੁਹਾਨੂੰ ਆਪਣੇ ਕਾਲਜ ਆਉਣ ਵਾਸਤੇ? ਅੱਧਾ ਘੰਟਾ ਲੱਗ ਜੀ। ਅੱਧਾ ਘੰਟਾ ਲੱਗਦਾ? ਅੱਧੇ ਘੰਟੇ 'ਚ ਪਹੁੰਚ ਜਾਂਦੇ ਹੋ? ਹਾਂਜੀ। ਰਸਤੇ 'ਚ ਫਿਰ ਬੰਕ ਕਿੰਨੇ ਮਾਰਦੇ ਹੋ ਕਾਲਜ ਦਾ? ਹੁੰਦੇ ਕੋਈ ਨਹੀਂ ਮਾਰਦੇ। ਠੀਕ ਹੈ, ਕੀ ਕਹਿਣਾ ਚਾਹੋਗੇ ਤੁਸੀਂ ਭਰੂਣ ਹੱਤਿਆ ਲੈ ਕੇ? ਸਭ ਤੋਂ ਵੱਡਾ ਕਾਰਨ ਤਾਂ ਨਸ਼ਿਆਂ ਦਾ ਹੀ ਹੁੰਦਾ। ਓਕੇ, ਜਿਹੜੇ ਨਸ਼ੇ ਆ ਅੱਜ ਕੱਲ੍ਹ ਨੌਜਵਾਨ ਯੂਥ ਜ਼ਿਆਦਾ ਨਸ਼ੇ ਕਰ ਰਹੇ ਆ, ਨਸ਼ਿਆਂ ਦਾ ਵਧਣ ਦਾ ਕਾਰਨ ਸਭ ਤੋਂ ਇਹ ਹੈ ਪਹਿਲਾਂ ਕਿ ਮਾਂ ਪਿਓ ਆਪਣੀ ਜ਼ਿੰਦਗੀ 'ਚ ਇੰਨੇ ਰੁੱਝੇ ਹੁੰਦੇ ਨੇ ਕਿ ਉਹ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦੇ ਸਕਦੇ, ਅਤੇ ਬੱਚੇ ਕੇਵਲ ਮੁੰਡੇ ਹੀ ਨਹੀਂ ਕਰ ਰਹੇ, ਅੱਜ ਕੱਲ੍ਹ ਕੁੜੀਆਂ ਵੀ ਨਸ਼ੇ ਕਰ ਰਹੀਆਂ ਨੇ, ਅਤੇ ਮੁੰਡੇ ਜਿਹੜੇ ਆ ਨਸ਼ਿਆਂ ਦੇ ਪਿੱਛੇ ਭੱਜਦੇ ਫਿਰਦੇ ਆ, ਜਿਸ
ਰਹਿੰਦੇ ਨੇ ਉਹਨਾਂ ਨੂੰ ਐਂ ਹੁੰਦਾ ਵੀ ਸਾਨੂੰ ਇੱਥੇ ਕੋਈ ਰੋਕਣ ਟੋਕਣ ਵਾਲਾ ਨਹੀਂ। ਸਭ ਤੋਂ ਪਹਿਲਾਂ ਹੋਸਟਲਾਂ 'ਚ ਕਾਲਜਾਂ 'ਚ ਯੂਨੀਵਰਸਿਟੀਆਂ 'ਚ ਹੁੰਦੇ ਨੇ, ਪਰੰਤੂ ਸਾਡੇ ਜ਼ਿਲ੍ਹੇ ਦੀ ਖਾਸ ਮਹੱਤਤਾ ਇਹ ਹੈ ਕਿ ਸਾਡੇ ਜ਼ਿਲ੍ਹੇ ਦੇ ਕਾਲਜ ਯੂਨੀਵਰਸਿਟੀਆਂ ਸਕੂਲ ਸਿੱਖ ਇਤਿਹਾਸ ਨਾਲ ਸੰਬੰਧਿਤ ਗੁਰੂਆਂ ਦੇ ਨਾਮ 'ਤੇ ਹੈ, ਪਰੰਤੂ ਅੱਜ ਦੇ ਨੌਜਵਾਨ ਮਨੁੱਖ ਗੁਰੂਆਂ ਦੇ ਸਕੂਲਾਂ 'ਚ ਪੜ੍ਹਦੇ ਵੀ ਫਿਰ ਵੀ ਨਸ਼ੇ ਕਰ ਰਹੇ ਨੇ। ਪੜ੍ਹੇ ਲਿਖੇ ਹੈ ਕਿ ਸ਼ਰਾਬ ਦੀ ਬੋਤਲ 'ਤੇ ਲਿਖਿਆ ਹੁੰਦਾ ਵੀ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ, ਪਰੰਤੂ ਅੱਜ ਦੇ ਪੜ੍ਹੇ ਲਿਖੇ ਨੌਜਵਾਨ ਵੀ ਇੰਨੇ ਮੂਰਖ ਨੇ ਕਿ ਉਹਨੂੰ ਪੜ੍ਹ ਕੇ ਵੀ ਅਣਦੇਖਾ ਕਰ ਦਿੰਦੇ ਜੀ। ਜੀ ਥੈਂਕ ਯੂ। ਜਿੱਦਾਂ ਤੁਸੀਂ ਦੱਸਿਆ ਹੁਣ ਕਿ ਜਿਹੜਾ ਨਸ਼ੇ ਇੱਕ ਬਹੁਤ ਵੱਡਾ ਕਾਰਨ ਬਣਦਾ ਜਾ ਰਿਹਾ ਭਰੂਣ ਹੱਤਿਆ ਨੂੰ ਲੈ ਕੇ, ਕੀ ਸਮਝਦੇ ਤੁਸੀਂ, ਤੁਹਾਨੂੰ ਕਿਹੜੇ ਕਿਹੜੇ ਨਸ਼ਿਆਂ ਬਾਰੇ ਨੌਲੇਜ ਹੈ, ਤੁਸੀਂ ਕਿਹੜੇ ਕਿਹੜੇ ਨਸ਼ਿਆਂ ਨੂੰ ਜਾਣਦੇ ਵੀ ਇਹ ਨਸ਼ੇ ਇੱਥੇ ਆਪਣੇ ਪੰਜਾਬ ਦੇ ਵਿੱਚ ਫੈਲ ਰਹੇ ਨੇ? ਸਰ ਸਾਰੇ ਜਿਵੇਂ ਚਿੱਟਾ ਸਮੈਕ, ਅਫੀਮ, ਸ਼ਰਾਬ ਸਾਰੇ ਹੈਗੇ ਇੱਥੇ। ਜੀ ਬਿਲਕੁਲ। ਦਰਸ਼ਕੋ ਜਿੱਦਾਂ ਕਿ ਤੁਸੀਂ ਦੇਖਿਆ ਕਿ ਇੱਥੇ ਜਿਹੜੀਆਂ ਆਪਣੀਆਂ ਪੰਜਾਬ ਦੀਆਂ ਨੌਜਵਾਨ ਕੁੜੀਆਂ ਜਿਹੜੀਆਂ ਆਪਣੇ ਪਰਾਂਦਿਆਂ ਨੂੰ ਭੁੱਲ ਕੇ ਆਪਣੇ ਹੋਰ ਸੱਭਿਆਚਾਰ ਨੂੰ ਭੁੱਲ ਕੇ, ਇਹਨਾਂ ਨੂੰ ਆਪਣੇ ਸੱਭਿਆਚਾਰ ਦਾ ਇੰਨਾ ਨਹੀਂ ਪਤਾ ਹੋਣਾ ਜਿੰਨਾ ਕਿ ਆਪਣੇ ਆਪਾਂ ਹਰੇਕ ਆਪਣੇ ਕੁੜੀ ਨੂੰ ਆਪਾਂ ਇਹ ਸਵਾਲ ਪੁੱਛ ਸਕਦੇ ਹਾਂ ਕਿ ਹਰੇਕ ਕੁੜੀ ਨੂੰ ਇਹ ਚੀਜ਼ ਦਾ ਪਤਾ ਹੋਣਾ ਕਿ ਆਪਣੇ ਪੰਜਾਬ ਦੇ ਵਿੱਚ ਨਸ਼ਾ ਹੈਗਾ ਚਿੱਟਾ, ਅਫੀਮ, ਗਾਂਜਾ, ਇਹਨਾਂ ਨੂੰ ਆਪਣੇ ਸੱਭਿਆਚਾਰ ਦੇ ਇੰਨੇ ਆਪਣੇ ਕਲਚਰ ਦਾ ਇੰਨਾ ਨਹੀਂ ਪਤਾ ਹੋਣਾ ਜਿੰਨਾ ਇਹਨਾਂ ਨੂੰ ਨਸ਼ਿਆਂ ਬਾਰੇ ਪਤਾ ਕੁਛ। ਉਹ ਇਹ ਬਹੁਤ ਹੀ ਵੱਡੀ ਇੱਕ ਸ਼ਰਮ ਦੀ ਗੱਲ ਆਪਣੇ ਵਾਸਤੇ ਦਿਨ ਪਰ ਦਿਨ ਬਣਦੀ ਜਾ ਰਹੀ ਹੈ। ਸੋ ਆਓ ਆਪਾਂ ਹੁਣ ਗੱਲ ਕਰਦੇ ਹਾਂ ਬਾਕੀ ਅੱਗੇ ਬਾਕੀ ਬੱਚਿਆਂ ਦਾ ਕੀ ਕਹਿਣਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਤੁਹਾਡਾ? ਸਿਮਰਨ ਕੌਰ। ਸਿਮਰਨ ਜੀ ਕਿੱਥੋਂ ਆਉਂਦੇ ਹੋ ਪੜ੍ਹਨ ਤੁਸੀਂ? ਸਰ ਮੈਂ ਪਿੰਡ ਤੋਂ ਆਉਂਦੇ ਹਾਂ, ਪਟਮਾਜਰਾ। ਪਟਮਾਜਰੇ ਤੋਂ? ਹਾਂਜੀ। ਓਕੇ, ਤੇ ਕੀ ਕਹਿਣਾ ਚਾਹੋਗੇ ਤੁਸੀਂ, ਕਿਸ ਟੌਪਿਕ ਤੇ ਬੋਲਣਾ ਚਾਹੋਗੇ? ਸਰ ਦਹੇਜ ਦੀ ਪ੍ਰਥਾ ਹੈ, ਜਿਵੇਂ ਦੇਖ ਲਓ ਇਹ ਪੁਰਾਣੀ ਪ੍ਰਥਾ ਹੈ ਜਿਵੇਂ ਹੈ ਨਾ ਚੱਲਦੀ ਆ ਰਹੀ ਹੈ ਪਿਛਲੇ ਜਨਮ ਤੋਂ ਹੀ। ਸਰ ਇਹ ਦਿਨ ਪਰ ਦਿਨ ਇੰਨੀ ਜ਼ਿਆਦਾ ਵੱਧ ਗਈ ਹੈ ਨਾ ਕਿ ਹੁਣ ਤਾਂ ਗਰੀਬ ਕੁੜੀਆਂ ਦਾ ਘਰ ਅਤੇ ਘਰ ਬਾਰ ਇੰਨਾ ਔਖੇ ਹੋ ਕੇ ਵੀ ਉਹ ਆਪਣੇ ਕੁੜੀਆਂ ਨੂੰ ਦਾਜ ਦਿੰਦੇ ਆ ਫਿਰ ਵੀ ਲੋਕ ਕਹਿੰਦੇ ਨੇ ਵੀ ਸਾਨੂੰ ਅਸੀਂ ਉਹ ਕਰ ਰਹੇ ਹਾਂ ਵੀ ਦੇਖਦੇ ਨੇ ਵੀ ਅਸੀਂ ਉਹ ਤੋਂ ਵੀ ਜ਼ਿਆਦਾ ਦਈਏ, ਉਹ ਤੋਂ ਵੀ ਜ਼ਿਆਦਾ ਦਈਏ ਅਸੀਂ ਕੁੜੀ ਨੂੰ ਆਪਣੇ ਨੂੰ, ਪਰ ਫਿਰ ਵੀ ਲੋਕ ਸੋਚਦੇ ਆ ਵੀ ਹਾਂ ਵੀ ਅਸੀਂ ਆਪਣੀ ਕੁੜੀ ਨੂੰ ਸਭ ਤੋਂ ਵੱਧ ਦੇਣਾ, ਉਹਦੇ ਤੋਂ ਵੀ ਵੱਧ ਦੇਣਾ, ਉਹ ਤੋਂ ਵੀ ਵੱਧ ਦੇਣਾ, ਪਰ ਫਿਰ ਵੀ ਸਰ ਇਹ ਪ੍ਰਥਾ ਇੰਨੀ ਜ਼ਿਆਦਾ ਵੱਧ ਗਈ ਹੈ ਨਾ ਕਿ ਕੁੜੀਆਂ ਦੀ ਬੁਰੀ ਹਾਲਤ ਹੋਈ ਪਈ ਆ। ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਦੇਖਿਆ ਜਾਵੇ ਤਾਂ ਹਰ ਇੱਕ ਪੰਨੇ 'ਤੇ ਪਹਿਲਾਂ ਇਹੀ ਲਿਖਿਆ ਹੁੰਦਾ ਕਿ ਕੁੜੀ ਦਾਜ ਦੀ ਬਲੀ ਚੜੀ ਹੋਈ ਹੈ, ਅਤੇ ਦਾਜ ਦੀ ਬਲੀ ਕੁੜੀ ਕਿਸ ਕਰਕੇ ਚੜ੍ਹਦੀ ਹੈ? ਗਰੀਬ ਪਰਿਵਾਰ ਕਰਕੇ। ਗਰੀਬ ਪਰਿਵਾਰ ਹੁੰਦਾ ਕਿ ਉਹ ਆਪਣੇ ਮਾਂ ਬਾਪ ਉਹਨੂੰ ਨਹੀਂ ਦੇ ਸਕਦੇ ਦਹੇਜ, ਪਰ ਫਿਰ ਵੀ ਉਹ ਕਰਜ਼ਾ ਚੁੱਕ ਕੇ ਫਿਰ ਵੀ ਉਹ ਆਪਣੀ ਕੁੜੀ ਦਾ ਸਾਰਾ ਕੁਛ ਰੀਝਾਂ ਪੂਰੇ ਕਰਦੇ ਨੇ, ਪਰ ਫਿਰ ਵੀ ਉਹਨਾਂ ਨੂੰ ਇਹ ਲੱਗਦਾ ਕਿ ਹਾਂ ਅਸੀਂ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ 'ਚ ਕਮੀ ਆਈ ਆ ਕਿ ਸਾਡੀ ਫਿਰ ਵੀ ਕੁੜੀ ਰੁਲਦੀ ਫਿਰਦੀ ਆ। ਪਰ ਸਰ ਇਹ ਆਪਣੇ ਆਪ 'ਚ ਕਈ ਐਕਟ ਵੀ ਬਣੇ ਹਾਂ, ਕਾਨੂੰਨੀ ਐਕਟ ਬਣੇ ਨੇ, ਪਰ ਫਿਰ ਵੀ ਲੋਕ ਇਹਨਾਂ ਵੱਲ ਸੋਚਦੇ ਨਹੀਂ ਹੈਗੇ। ਪਰ ਜੇ ਅੱਜ ਕੱਲ੍ਹ ਦੀ ਕੁੜੀ ਇੱਕ ਸਟੈਂਡ ਲਵੇ ਕਿ ਹਾਂ ਮੈਂ ਨਹੀਂ ਦਹੇਜ ਲੈਣਾ ਅਤੇ ਨਹੀਂ ਮੈਂ ਨਾ ਦੇਣਾ ਅਤੇ ਨਾ ਮੈਂ ਲੈਣਾ, ਅਤੇ ਫਿਰ ਵੀ ਫਿਰ ਉਹਦੇ ਵਿੱਚ ਇੰਨਾ ਸੁਧਾਰ ਆ ਸਕਦਾ ਕਿ ਹਾਂ ਕਿ ਮੈਂ ਜੇ ਨਹੀਂ ਲਾਵਾਂਗੀ ਦਹੇਜ ਤਾਂ ਕੱਲ੍ਹ ਨੂੰ ਮੇਰੀ ਕੁੜੀ ਵੀ ਨਹੀਂ ਕਿ ਕੁੜੀ ਨੂੰ ਵੀ ਮੈਂ ਦੇਵਾਂਗੀ, ਸਿਰਫ ਮੈਂ ਪੜ੍ਹਾਵਾਂਗੀ ਅਤੇ ਦਹੇਜ ਨਹੀਂ ਦੇਵਾਂਗੀ। ਜੀ ਥੈਂਕ ਯੂ ਧੰਨਵਾਦ ਜੀ। ਸੋ ਆਓ ਹੁਣ ਆਪਾਂ ਬਾਕੀ ਬੱਚਿਆਂ ਨਾਲ ਗੱਲ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਤੁਹਾਡਾ? ਮਨਦੀਪ ਸਿੰਘ ਜੀ। ਮਨਦੀਪ ਕੀ ਕਹਿਣਾ ਚਾਹੋਗੇ ਤੁਸੀਂ ਨਸ਼ਿਆਂ ਨੂੰ ਲੈ ਕੇ? ਨਸ਼ਿਆਂ ਤਾਂ ਜੀ ਨਸ਼ਿਆਂ ਦਾ ਸਭ ਤੋਂ ਵੱਡਾ ਦਰਿਆ ਹੈ ਜੀ ਇਹ, ਇਹਦੇ ਵਿੱਚ ਦਿਨੋ ਦਿਨ ਆਪਾਂ ਗੜਦੇ ਜਾ ਰਹੇ ਹਾਂ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਪਹਿਲਾਂ ਤਾਂ ਨਸ਼ੇ ਸਵਾਦ ਲਈ ਕੀਤੇ ਜਾਂਦੇ ਆ ਜੀ। ਸਭ ਤੋਂ ਪਹਿਲਾਂ ਜੇ ਕੋਈ ਆਪਣਾ ਕੋਈ ਫਰੈਂਡ ਹੁੰਦਾ ਹੈ ਉਹ ਆਪਾਂ ਨੂੰ ਫੋਰਸ ਕਰਦਾ ਹੁੰਦਾ ਹੈ, ਕਹਿੰਦਾ ਵੀ ਚਲੋ ਤੂੰ ਕਰਕੇ ਤਾਂ ਦੇਖ, ਅੱਜ ਕਰਕੇ ਦੇਖ। ਇੱਕ ਦਿਨ ਕਰਦਾ, ਦੂਸਰੇ ਦਿਨ ਫਿਰ ਉਹਨੂੰ ਹੁੰਦਾ ਵੀ ਚਲੋ ਅੱਜ ਫੇਰ ਕਰਦੇ, ਚਲੋ ਕੱਲ੍ਹ ਨੂੰ ਛੱਡ ਦੂੰਗਾ ਮੈਂ ਇਹਨੂੰ। ਫਿਰ ਉਸਨੂੰ ਤੀਸਰੇ ਦਿਨ ਫਿਰ ਉਸਨੂੰ ਇਸ ਤਰ੍ਹਾਂ ਕਰਦੇ ਕਰਦੇ ਉਸਨੂੰ ਹੱਥ ਪੈਂਦੀ ਹੈ ਜੀ। ਇੱਕ ਵਾਰੀ ਜਿਹੜੀ ਚੀਜ਼ ਦੀ ਹੱਥ ਪੈਂਦੀ ਆ ਉਸ ਤੋਂ ਛੁੱਟਦੀ ਨਹੀਂ, ਉਹ ਚੀਜ਼ ਵੱਧਦੀ ਜਾਂਦੀ ਹੈ। ਹੁਣ ਪਹਿਲਾਂ ਹੋਏਗਾ ਉਹ ਜਰਦਾ ਖਾਏਗਾ ਜੀ ਜੀ, ਜਾਂ ਉਹਦੇ ਫਰੈਂਡ ਡਰਿੰਕ ਕਰਨਗੇ, ਉਸ ਤੋਂ ਬਾਅਦ ਫਿਰ ਉਹ ਸੋਚਣਗੇ ਵੀ ਹਾਂ ਇੰਨੀ ਕੁ ਕਰ ਲਈ, ਹੁਣ ਮੈਂ ਥੋੜ੍ਹਾ ਜਿਹਾ ਅੱਗੇ ਵਧਾਂ। ਫਿਰ ਉਹ ਨਸ਼ਾ ਕਰਦਾ ਹੁੰਦਾ ਬੜਿਆਂ ਪਾ ਜਾਂਦਾ ਹੈ, ਮਤਲਬ ਕਿ ਚਿੱਟਾ ਸਮੈ ਕੇ ਇੰਨਾ ਭਜਾਏਗਾ ਜੀ। ਫਿਰ ਜਿਹਦੇ ਕਰਕੇ ਉਹਨੂੰ ਘਰਾਂ ਤੋਂ ਫਿਰ ਪੈਸੇ ਲੈਣੇ ਪੈਂਦੇ ਆ, ਪੈਸਿਆਂ ਦੀ ਚੋਰੀ ਵੀ ਕਰਦਾ ਕਈ ਵਾਰੀ ਉਹ ਜੀ। ਚੋਰੀ ਕਰੇਗਾ ਤਾਂ ਫਿਰ ਉਹਦੀ ਬਦਨਾਮੀ ਹੁੰਦੀ ਹੈ, ਇਹ ਕਾਰਨ ਇਹ ਬਹੁਤ ਬੜਾ ਇਹ ਜਿਹੜਾ ਨਸ਼ਿਆਂ ਦਾ ਜੀ। ਥੈਂਕ ਯੂ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਤੁਹਾਡਾ? ਤਰਨਜੀਤ ਸਿੰਘ। ਤਰਨ ਕਿੱਥੋਂ ਆਉਂਦੇ ਹੋ ਪੜ੍ਹਨ ਵਾਸਤੇ? ਰਾਜਪੁਰੇ ਤੋਂ ਵੀਰ। ਰਾਜਪੁਰੇ ਤੋਂ? ਅਤੇ ਕੀ ਕਰਦੇ ਹੋ ਤੁਸੀਂ ਇਸ ਕਾਲਜ ਦੇ ਵਿੱਚ? ਬੀਕੌਮ। ਬੀਕੌਮ ਕਰਦੇ ਹੋ, ਕੀ ਕਹਿਣਾ ਚਾਹੋਗੇ ਨਸ਼ਿਆਂ ਨੂੰ ਲੈ ਕੇ ਤੁਸੀਂ? ਨਸ਼ੇ ਅੱਜ ਪੰਜਾਬ 'ਚ ਸਭ ਤੋਂ ਜ਼ਿਆਦਾ ਜੇ ਕੋਈ ਚੀਜ਼ ਦੇਖੀ ਜਾ ਸਕਦੀ ਹੈ ਤਾਂ ਨਸ਼ੇ ਦੇਖੇ ਜਾ ਸਕਦੇ ਜੀ। ਆਪਾਂ ਕਿਸੇ ਵੀ ਅਦਰ ਸਟੇਟ ਜਾਵਾਂਗੇ ਤਾਂ ਉੱਥੇ ਜੇ ਗੱਲ ਚਲੂਗੀ ਪੰਜਾਬ ਤਾਂ ਕੋਈ ਬੰਦਾ ਸਾਡੇ ਮੂੰਹ 'ਤੇ ਹੀ ਕਹਿ ਦੂਗਾ ਵੀ ਪੰਜਾਬ ਤਾਂ ਨਸ਼ਾ ਜੀ। ਇੱਕ ਟਾਈਮ ਇਹੋ ਜਿਹਾ ਆਜੂਗਾ ਬਈ ਅਦਰ ਮਤਲਬ ਕਿ ਦੂਜੀ ਸਟੇਟ ਦੇ ਕੁੜੀਆਂ ਦੇ ਘਰ ਵਾਲੇ ਪੰਜਾਬ 'ਚ ਰਿਸ਼ਤੇ ਲੈਣ ਤੋਂ ਨਾ ਕਰ ਸਕਦੇ ਆ, ਇੰਨਾ ਮਤਲਬ ਇੱਕ ਟਾਈਮ ਆ ਸਕਦਾ ਜਿਵੇਂ ਹੀ ਨਸ਼ੇ ਅੱਗੇ ਵੱਧ।
ਤੇ ਜੋ ਜੋ ਜੇ ਆਪਾਂ ਦੇਖੀ ਜਾਈਏ ਤਾਂ ਜੋਬ ਦਾ ਜੋਬ ਆਪਾਂ ਨੂੰ ਮਿਲ ਨਹੀਂ ਰਹੀ ਤੇ ਸਰ ਬਸ ਇੰਨੇ ਜੀ ਥੈਂਕ ਯੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਨੋਵਲਪ੍ਰੀਤ ਸਿੰਘ ਨੋਵਲ ਜੀ ਕੀ ਪੜ੍ਹਦੇ ਹੋ ਇੱਥੇ ਤੁਸੀਂ ਕਾਲਜ ਦੇ ਵਿੱਚ ਬੀ ਏ ਫਾਈਨਲ ਈਅਰ ਅਤੇ ਕਿੱਥੋਂ ਆਉਂਦੇ ਹੋ ਮੈਂ ਬੀਬੀਪੁਰ ਤੋਂ ਆਉਂਦੇ ਬੀਬੀਪੁਰ ਤੋਂ ਕੀ ਸੰਬੰਧ ਹੋ ਤੁਸੀਂ ਨਸ਼ਿਆਂ ਨੂੰ ਲੈ ਕੇ ਅਤੇ ਦਹੇਜ ਪ੍ਰਥਾ ਲੈ ਕੇ ਦਹੇਜ ਕਿੰਨਾ ਕੁ ਚੰਗੀ ਜਿਹੜੀ ਚੀਜ਼ ਆ ਜਿਹੜੀ ਆਪਾਂ ਕੁੜੀਆਂ ਤੋਂ ਲੈਂਦੇ ਹਾਂ ਸਰ ਇੱਥੇ ਸਾਰਿਆਂ ਨੇ ਆਪਣੇ ਆਪਣੇ ਵਿਊਜ਼ ਦਿੱਤੇ ਕੁੜੀਆਂ ਨੇ ਵੀ ਵਿਊਜ਼ ਦਿੱਤੇ ਨੇ ਜੀ ਮੁੰਡਿਆਂ ਨੇ ਵੀ ਵਿਊਜ਼ ਦਿੱਤੇ ਨੇ ਔਰ ਮੈਂ ਸਾਰਿਆਂ ਦੇ ਵਿਊਜ਼ ਸੁਣਨ ਤੋਂ ਬਾਅਦ ਥੋੜ੍ਹਾ ਜਿਹਾ ਹੈਰਾਨ ਵੀ ਹੈ ਅਤੇ ਖੁਸ਼ ਵੀ ਹੈ ਹੈਰਾਨ ਇਸ ਕਰਕੇ ਹੈ ਕਿਉਂਕਿ ਕਈਆਂ ਦੇ ਵਿਊਜ਼ ਇੱਦਾਂ ਦੇ ਨੇ ਜੋ ਨਹੀਂ ਸੁਸਾਇਟੀ 'ਚ ਫਿੱਟ ਪੈਂਦੇ ਔਰ ਖੁਸ਼ ਇਸ ਕਰਕੇ ਵੀ ਹੈ ਕਈਆਂ ਦੀ ਸੋਚ ਇੰਨੀ ਉੱਚੀ ਵੀ ਹੈ ਕਿ ਆਪਾਂ ਅਗਰ ਉਸਨੂੰ ਲੈ ਕੇ ਚੱਲੀਏ ਤਾਂ ਬਹੁਤ ਸੁਧਾਰ ਹੋ ਸਕਦਾ ਜੀ ਪਰ ਹਰ ਇੱਕ ਚੀਜ਼ ਕਿਸੇ ਨਾ ਕਿਸੇ ਚੀਜ਼ ਨਾਲ ਰਿਲੇਟਡ ਹੁੰਦੀ ਹੈ ਜੀ ਚਾਹੇ ਆਪਣੀ ਜ਼ਿੰਦਗੀ ਹੈ ਚਾਹੇ ਉਹ ਮਾਂ ਭੈਣ ਧੀ ਪੁੱਤ ਚਾਹੇ ਕੋਈ ਵੀ ਹੈ ਅਗਰ ਆਪਾਂ ਇਹ ਸੋਚੀਏ ਵੀ ਭਰੂਣ ਹੱਤਿਆ ਜਾਂ ਫਿਰ ਨਸ਼ੇ ਜਾਂ ਫਿਰ ਦਹੇਜ ਅਗਰ ਆਪਾਂ ਇਸ ਸਮੇਂ ਨੂੰ ਛੱਡ ਕੇ ਮਾਡਰਨ ਸਮੇਂ ਨੂੰ ਛੱਡ ਕੇ ਆਪਾਂ ਆਪਣੇ ਪੁਰਾਣੇ ਸਮੇਂ 'ਚ ਜਾਂਦੇ ਹਾਂ ਇਮੈਜਿਨ ਕਰਕੇ ਚੱਲਦੇ ਹਾਂ ਆਪਾਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਾਤਸ਼ਾਹ ਕੋਲ ਚੱਲਦੇ ਹਾਂ ਉਸ ਸਮੇਂ ਤੋਂ ਚੱਲਦੇ ਹਾਂ ਜਾਂ ਉਹਨਾਂ ਤੋਂ ਪਹਿਲਾਂ ਦਸ਼ਮ ਪਿਤਾ ਨੇ ਦਸ਼ਮ ਗ੍ਰੰਥ ਵਿੱਚ ਦੋ ਦੱਸਿਆ ਵੀ ਦੁਨੀਆਂ 'ਤੇ ਕੀ ਸੀਗਾ ਕਿਵੇਂ ਸੀਗਾ ਕੀ ਕੁਛ ਸੀਗਾ ਅਗਰ ਆਪਾਂ ਉਸ ਚੀਜ਼ 'ਤੇ ਜਾਂਦੇ ਹਾਂ ਤਾਂ ਕੁੜੀਆਂ ਉਦੋਂ ਵੀ ਜਨਮ ਲੈਂਦੀਆਂ ਸੀਗੀਆਂ ਹੈ ਨਾ ਜੀ ਵਿਆਹ ਉਦੋਂ ਵੀ ਹੁੰਦੇ ਸੀਗੇ ਜੀ ਬਿਲਕੁਲ ਬਿਲਕੁਲ ਅਤੇ ਰਾਜੇ ਮਹਾਰਾਜੇ ਦਾਰੂ ਸ਼ਰਾਬ ਪੀਂਦੇ ਉਦੋਂ ਵੀ ਸੀਗੇ ਹੁੱਕਾ ਵੀ ਨਸ਼ਾ ਉਦੋਂ ਵੀ ਸੀਗਾ ਪਰ ਉਦੋਂ ਗੱਲ ਇਹ ਸੀਗੀ ਗੁਰੂ ਸਾਹਿਬ ਨੇ ਸ਼ਬਦਾਂ ਨੂੰ ਪਹਿਲਾਂ ਇਸ ਧਰਤੀ 'ਤੇ ਜਨਮ ਲਿਆ ਗੁਰੂ ਨਾਨਕ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਨੇ ਇਸ ਧਰਤੀ 'ਤੇ ਆਏ ਇਸ ਧਰਤੀ 'ਤੇ ਆਏ ਉਹਨਾਂ ਦਾ ਕਾਰਨ ਸੀਗਾ ਕਿ ਧਰਤੀ 'ਤੇ ਜ਼ੁਲਮ ਬਹੁਤ ਵੱਧ ਗਿਆ ਸੀਗਾ ਚਾਹੇ ਉਹ ਕਿਸੇ ਵੀ ਚੀਜ਼ ਹੈ ਭਰੂਣ ਹੱਤਿਆ ਦਾ ਹੋਵੇ ਜ਼ੁਲਮ ਤਾਂ ਜ਼ੁਲਮ ਹੁੰਦਾ ਚਾਹੇ ਤੁਸੀਂ ਕੀੜੀ ਮਾਰ ਲਓ ਤਾਂ ਉਹ ਵੀ ਕਾਬਲੇ ਲਈ ਇੱਕ ਪਾਪ ਹੈ ਤਾਂ ਇਹ ਇਸ ਚੀਜ਼ਾਂ ਨੂੰ ਬਹੁਤ ਉੱਪਰ ਚੱਕਿਆ ਗਿਆ ਜੀ ਇਹ ਚੀਜ਼ਾਂ ਨੂੰ ਜ਼ਿਆਦਾ ਮੰਨਿਆ ਗਿਆ ਜੀ ਜੀ ਬਿਲਕੁਲ ਉਹਨਾਂ ਨੇ ਇਸ ਧਰਤੀ 'ਤੇ ਆ ਕੇ ਬਹੁਤ ਸਭ ਨੂੰ ਸਮਝਾਇਆ ਸਭ ਇਕੱਲੇ ਇਕੱਲੇ ਨੂੰ ਦਸ ਜਾਮੇ ਗੁਰੂ ਸਾਹਿਬ ਦੀ ਦਸੇ ਪਾਤਸ਼ਾਹੀਆਂ ਦੇ ਰੂਪ 'ਚ ਇਸ ਧਰਤੀ 'ਤੇ ਆਏ ਦਸੇ ਪਾਤਸ਼ਾਹੀਆਂ ਤੱਕ ਦਸੇ ਉਹਨਾਂ ਨੇ ਜੰਗਾਂ ਵੀ ਲੜੀਆਂ ਬਹੁਤ ਕੁਰਬਾਨੀਆਂ ਕੀਤੀਆਂ ਆਪਣੇ ਲਈ ਕੀਤੀਆਂ ਸਾਡੇ ਲਈ ਕੀਤੀਆਂ ਵੀ ਅਸੀਂ ਇਹਨਾਂ ਨੂੰ ਕੁਝ ਦੱਸਣਾ ਸਿਖਾਉਣਾ ਕਿਉਂ ਕਿਉਂਕਿ ਕਹਿੰਦੇ ਨੇ ਵੀ ਇਨਸਾਨ ਤਾਂ ਗਲਤੀਆਂ ਦਾ ਪੁਤਲਾ ਹੁੰਦਾ ਅਸੀਂ ਹੈਗੇ ਹਾਂ ਵਾਕਈ ਗਲਤੀਆਂ ਦੇ ਪੁਤਲੇ ਹਾਂ ਔਰ ਅਸੀਂ ਮੈਂ ਹੁਣ ਇਸ ਕਾਲਜ 'ਚ ਪੜ੍ਹਦਾ ਫਾਈਨਲ ਈਅਰ ਆ ਲਾਸਟ ਈਅਰ ਹੈ ਮੇਰਾ ਔਰ ਮੈਂ ਵੀ ਬਹੁਤ ਗਲਤੀਆਂ ਕੀਤੀਆਂ ਨੇ ਇੱਦਾਂ ਨਹੀਂ ਹੈਗਾ ਵੀ ਅਗਰ ਮੈਂ ਬੜੇ ਬੜੇ ਬੋਲ ਰਿਹਾ ਤਾਂ ਨਹੀਂ ਕੀਤੀਆਂ ਪਰ ਬਹੁਤ ਗਲਤੀਆਂ ਹੁੰਦੀਆਂ ਨੇ ਪਰ ਬੰਦਾ ਤਾਂ ਉਹੀ ਹੈ ਅਗਰ ਜਿਹੜਾ ਆਪਣੀ ਗਲਤੀਆਂ ਨੂੰ ਸਿੱਖ ਲਵੇ ਜੀ ਅਤੇ ਦਸ਼ਮ ਪਿਤਾ ਨੇ ਸਾਡੇ ਲਈ ਆਪਣੇ ਬੱਚੇ ਕੁਰਬਾਨ ਕੀਤੇ ਬਾਬਾ ਜੀ ਨੇ ਗੁਰੂ ਸਾਹਿਬ ਜੀ ਉਹਨਾਂ ਨੇ ਚਾਰੇ ਸਾਹਿਬਜ਼ਾਦਿਆਂ ਨੇ ਕੁਰਬਾਨੀ ਦਿੱਤੀ ਆਪਣਾ ਸਾਰਾ ਸਰਬੰਸ ਉਹਨਾਂ ਨੇ ਕੁਰਬਾਨ ਕੀਤਾ ਸਾਡੇ 'ਤੇ ਇਹ ਸੋਚ ਸਾਡੀ ਹੈ ਵੀ ਅਸੀਂ ਕਿਸ ਚੀਜ਼ ਨੂੰ ਕਿਵੇਂ ਰੋਕਣਾ ਅਗਰ ਕੋਈ ਕੁੜੀ ਇਹ ਕਹਿ ਰਹੀ ਹੈ ਵੀ ਤੁਹਾਡਾ ਘਰ ਵਾਲਾ ਤੁਹਾਨੂੰ ਨਹੀਂ ਸਮਝ ਰਿਹਾ ਤੁਹਾਨੂੰ ਡਿਵੋਰਸ ਦੇ ਦਿਓ ਮੈਂ ਇਸ ਚੀਜ਼ ਨੂੰ ਨਹੀਂ ਸਹੀ ਸਮਝਦਾ ਕਿਉਂਕਿ ਤੁਸੀਂ ਇੱਕ ਇਨਸਾਨ ਹੋ ਅਗਰ ਤੁਸੀਂ ਕਿਸੇ ਨੂੰ ਠੀਕ ਨਹੀਂ ਕਰ ਸਕਦੇ ਤਾਂ ਉਸਨੂੰ ਗਲਤ ਰਸਤੇ ਚੱਲਣ 'ਤੇ ਵੀ ਮਜਬੂਰ ਨਾ ਕਰੋ ਉਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਜਦ ਤੁਸੀਂ ਉਹਦੇ ਸਾਥੀ ਹੋ ਗਏ ਫਿਰ ਤੁਹਾਡੇ ਸਾਥੀ ਹੋਣ ਦਾ ਕੀ ਮਤਲਬ ਹੈ ਵੀ ਜੇ ਤੁਸੀਂ ਉਹਨੂੰ ਸਮਝਾ ਨਹੀਂ ਸਕਦੇ ਆਪਣਾ ਤਾਂ ਲੋਟ ਦੇਖ ਕੇ ਤੁਸੀਂ ਛੱਡਤਾ ਇਨਸਾਨੀਅਤ ਕਿੱਥੇ ਰਹਿ ਗਈ ਫਿਰ ਆਪਣੇ 'ਚ ਇਹ ਤਾਂ ਹੋ ਗਈ ਗੱਲ ਵੀ ਤੁਸੀਂ ਕੁੜੀਆਂ ਨੂੰ ਜੋ ਨਹੀਂ ਸਮਝ ਰਹੇ ਤੁਸੀਂ ਕਿਵੇਂ ਸਮਝਾਉਣਾ ਤੁਸੀਂ ਹਾਲਾਤ ਨੂੰ ਕਿਵੇਂ ਹੈਂਡਲ ਕਰਨਾ ਇਹ ਜ਼ਿਆਦਾ ਇੰਪੋਰਟੈਂਟ ਕਰਦਾ ਮੇਰੇ ਹਿਸਾਬ ਨਾਲ ਅਤੇ ਗੱਲ ਆ ਗਈ ਨਸ਼ਿਆਂ ਦੀ ਨਸ਼ਾ ਹਰ ਇੱਕ ਚੀਜ਼ ਦਾ ਮਾੜਾ ਜੀ ਗੁਰੂ ਸਾਹਿਬ ਜੀ ਕਹਿੰਦੇ ਨੇ ਨਸ਼ਾ ਤਾਂ ਰੋਟੀ ਦਾ ਹੀ ਬਹੁਤ ਹੈ ਜੀ ਮਿਹਨਤ ਜੀ ਕਰੋ ਦਸੇ ਨਹੁੰ ਦੀ ਕਿਰਤ ਕਰੋ ਕਮਾਈ ਕਰੋ ਅਤੇ ਰੋਟੀ ਖਾਓ ਇਹੀ ਬਹੁਤ ਹੈ ਇਸ ਤੋਂ ਇਲਾਵਾ ਜਿਹੜਾ ਲਾਗੇ ਆ ਉਹ ਤੁਹਾਡੇ ਲਈ ਬੁਰਾ ਇਹ ਗੁਰੂ ਸਾਹਿਬ ਜੀ ਨੇ ਕਦ ਪਹਿਲਾਂ ਹੀ ਦੱਸਦਾ ਸੀਗਾ ਜਿਹਨੂੰ ਆਪਾਂ ਹੁਣ ਪੜ੍ਹਦੇ ਆ ਰਹੇ ਹਾਂ ਜੇ ਆਪਾਂ ਖਾ ਰਹੇ ਹਾਂ ਪੀ ਰਹੇ ਹਾਂ ਤਾਂ ਹੀ ਇੰਡਸਟਰੀਆਂ ਬਣਾ ਰਹੀਆਂ ਨੇ ਜੀ ਤੁਸੀਂ ਆਪਣੇ ਆਪ ਨੂੰ ਠੀਕ ਕਰ ਲਓ ਇੰਡਸਟਰੀਆਂ ਨਹੀਂ ਬਣਾਉਣਗੀਆਂ ਨਹੀਂ ਪੀਣਗੀਆਂ ਇੰਡਸਟਰੀਆਂ ਆਪ ਹੀ ਬੰਦ ਹੋਣਗੀਆਂ ਹੈ ਨਾ ਜੀ ਅਤੇ ਇੱਕ ਭਰੂਣ ਹੱਤਿਆ ਹੋ ਗਈ ਜੀ ਕੁੜੀਆਂ ਨੂੰ ਮਾਰਨ ਦਾ ਹੋ ਗਿਆ ਜੀ ਭਰੂਣ ਹੱਤਿਆ ਅਗਰ ਆਪਾਂ ਅੱਜ ਦੇ ਯੁੱਗ 'ਚ ਦੇਖੀਏ ਤਾਂ ਹਰ ਸਾਲ 1,25,000 ਜੀ ਕੁੜੀ ਕੁੱਖ ਵਿੱਚ ਮਾਰੀ ਜਾਂਦੀ ਆ ਹਰ ਸਾਲ ਦੀ ਇਹ ਐਵਰੇਜ ਹੈ ਜਿਹੜੀ ਗੌਰਮੈਂਟ ਨੇ ਕੱਢੀ ਹੈ ਜਾਂ ਜਿਹੜੀਆਂ ਨੇ ਸਰਵੇ ਕਰਨ ਵਾਲਿਆਂ ਨੇ ਕੱਢੀ ਹੈ ਉਹਨਾਂ ਨੇ ਇਹ ਐਵਰੇਜ 1 ਸਾਲ ਦੀ ਦਿੱਤੀ ਹੈ 1,25,000 ਕੁੜੀਆਂ ਹਰ ਸਾਲ ਆਪਣੇ ਦੇਸ਼ 'ਚ ਮਰਦੀਆਂ ਨੇ ਇੰਡੀਆ 'ਚ ਜੀ ਜੀ ਔਰ ਜ਼ਰੂਰੀ ਨਹੀਂ ਹੈ ਇੰਡੀਆ 'ਚ ਮਰ ਰਹੀਆਂ ਨੇ ਹੋਰ ਵੀ ਪਾਸੇ ਬਹੁਤ ਮਰ ਰਹੀਆਂ ਨੇ ਜੀ ਬਿਲਕੁਲ ਪਰ ਮੇਰੇ ਕਹਿਣ ਦਾ ਮੇਨ ਮਤਲਬ ਇਹ ਹੈ ਅਗਰ ਤੁਸੀਂ ਕਿਸੇ ਵੀ ਚੀਜ਼ ਤੋਂ ਬਚਣਾ ਆਪਣੇ ਆਪ ਨੂੰ ਬਚਾਉਣਾ ਮਹਾਂਪੁਰਸ਼ ਕਿਉਂ ਬਚੇ ਹੋਏ ਨੇ ਕਿਉਂਕਿ ਉਹਨਾਂ ਕੋਲ ਗੁਰੂ ਸਾਹਿਬ ਜੀ ਦਾ ਨਾਮ ਆ ਬਾਣੀ ਆ ਕੀਰਤਨ ਆ ਸਿਮਰਨ ਆ ਜੇ ਤੁਸੀਂ ਉਸ ਪਰਮਾਤਮਾ ਨਾਲ ਜੁੜ ਕੇ ਰਹੋਗੇ ਤਾਂ ਤੁਹਾਨੂੰ ਕੋਈ ਵਸ਼ ਨਹੀਂ ਕਰ ਸਕਦਾ
ਜੇ ਉਹ ਪਰਮਾਤਮਾ ਨੇ ਤੁਹਾਨੂੰ ਜਿਸ ਕੰਮ ਲਈ ਇੱਥੇ ਭੇਜਿਆ ਤੁਸੀਂ ਉਹ ਕਰੋ, ਨਾ ਕਿ ਦੁਨੀਆ ਦੇ। ਇਹ ਤਾਂ ਇੱਕ ਖੇਲ ਮੇਲਾ, ਇਹ ਤਾਂ ਇੱਕ ਜਾਦੂ ਦੀ ਨਗਰੀ ਹੈ ਜਿਹ 'ਚ ਆਪਾਂ ਫਸੇ ਜਾ ਰਹੇ ਹਾਂ। ਗੁਰੂ ਸਾਹਿਬ ਤਾਂ ਇੱਥੇ ਤੱਕ ਵੀ ਕਹਿੰਦੇ ਨੇ ਤੁਹਾਡੀ ਭੈਣ, ਤੁਹਾਡਾ ਭਾਈ, ਤੁਹਾਡਾ ਮਾਂ ਬਾਪ ਕੋਈ ਕੁਛ ਨਹੀਂ ਗਾ, ਸਿਰਫ ਇੱਕੋ ਹੀ ਆ ਜੋ ਅਕਾਲ ਪੁਰਖ ਹੈ। ਜੇ ਤੁਸੀਂ ਉਹਦੇ ਨਾਲ ਜੁੜ ਕੇ ਰਹੋਗੇ ਤਾਂ ਮੈਨੂੰ ਨਹੀਂ ਲੱਗਦਾ ਹੈਗਾ ਤੁਸੀਂ ਕਿਸੇ ਨੂੰ ਬਲੇਮ ਕਰੋਗੇ ਵੀ ਤੂੰ ਕੁੜੀ ਮਾਰਦਾ, ਤੂੰ ਨਸ਼ੇ ਕਰਦਾ, ਤੂੰ ਇਹ ਕਰਦਾ, ਵੋ ਕਰਦਾ। ਇਹ ਗੱਲਾਂ ਫਿਰ ਬਹੁਤ ਛੋਟੀਆਂ ਪੈ ਜਾਂਦੀਆਂ, ਫਿਰ ਇਹ ਗੱਲਾਂ ਮਹਾਂਪੁਰਸ਼ ਤੋਂ ਬਹੁਤ ਦੂਰ ਚਲੇ ਜਾਂਦੇ ਨੇ, ਨਾ ਉਹ ਇਹ ਗੱਲਾਂ ਵੱਲ ਧਿਆਨ ਦਿੰਦੇ ਨੇ, ਔਰ ਉਹਨਾਂ ਦੀ ਕਿਰਪਾ ਵੀ ਇੰਨੀ ਹੋ ਜਾਂਦੀ ਹੈ ਵੀ ਜੇ ਉਹ ਬਚਨ ਕਹਿ ਦਿੰਦੇ ਨੇ ਉਹ ਸੱਤ ਹੋ ਜਾਂਦੇ ਨੇ ਜੀ। ਅਤੇ ਇਸ ਕਰਕੇ ਮੇਰੀ ਤਾਂ ਸੋਚਣੀ ਇਹੀ ਆ ਵੀ ਅਗਰ ਤੁਸੀਂ ਆਪਣੇ ਉਸ ਪਰਮੇਸ਼ਰ ਨਾਲ, ਅਕਾਲ ਪੁਰਖ ਨਾਲ ਜੁੜ ਕੇ ਰਹੋਗੇ ਤਾਂ ਸ਼ਾਇਦ ਆਪਣੀ ਸੋਚ ਬਦਲ ਜਾਵੇ। ਇੱਕ ਦੂਜੇ ਨੂੰ ਬਲੇਮ ਕਰਨ ਨਾਲ ਮੈਂ ਨਹੀਂ ਸੋਚਦਾ ਵੀ ਆਪਣੀ ਸੋਚ ਬਦਲੂਗੀ ਜਾਂ ਬਦਲਾਅ ਆਊਗਾ ਜਾਂ ਸਰਕਾਰ ਕੀ ਕਰ ਰਹੀ ਹੈ। ਦੇਖੋ ਠੱਗੀ ਸਭ ਨੇ ਕਰਨੀ ਹੈ ਜੀ, ਜਿਹਦੇ ਕੋਲ ਕੁਰਸੀ ਆ ਗਈ ਉਹ ਪੈਸੇ ਛੱਡ ਦੂਗਾ, ਚਾਹੇ ਮੇਰੇ ਕੋਲ ਅੱਜ ਮੇਰੇ ਕੋਲ ਰਿਕਾਰਡ 'ਚ ਪਾਵਰ ਹੈ ਤਾਂ ਮੈਂ ਵੀ ਨਹੀਂ ਛੱਡਦਾ, ਨਹੀਂ ਹੁੰਦਾ। ਪਰ ਇਹ ਇੱਕ ਕਾਮ ਕ੍ਰੋਹ ਲੋਭ ਮੋਹ ਹੰਕਾਰ ਇਹ ਗੁਰੂ ਸਾਹਿਬ ਨੇ ਇੱਕ ਕਲਯੁੱਗ 'ਚ ਪਾ ਤੇ ਵੀ ਜਿਹੜੇ ਇਨਸਾਨ ਨੂੰ ਬੰਨ੍ਹ ਕੇ ਰੱਖਣ। ਕਹਿੰਦੇ 84 ਲੱਖ ਜੂਨਾਂ ਨੂੰ ਭੁਗਤਣ ਤੋਂ ਬਾਅਦ ਸਾਨੂੰ ਇਨਸਾਨ ਦੇਹੀ ਮਿਲਦੀ ਆ ਜੀ। ਆਪਾਂ ਨੂੰ ਪਤਾ ਗੁਰਬਾਣੀ ਦੱਸ ਰਹੀ ਹੈ, ਗੁਰੂ ਸਾਹਿਬ ਦੱਸ ਰਹੇ ਨੇ, ਆਪਾਂ ਫਿਰ ਵੀ ਨਹੀਂ ਮੰਨ ਰਹੇ। ਗੁਰੂ ਸਾਹਿਬ ਨੇ ਲਿਖਿਆ ਹੋਇਆ ਵੀ ਨਸ਼ੇ ਮਾੜੇ ਨੇ, ਆਪਾਂ ਫਿਰ ਵੀ ਨਹੀਂ ਉਹਨਾਂ 'ਤੇ ਗੌਰ ਕਰ ਰਹੇ। ਇਹ ਗੱਲ ਅਲੱਗ ਆ ਵੀ ਹੁਣ ਟਾਈਮ ਇਹੋ ਜਿਹਾ, ਟਾਈਮ ਪਹਿਲਾਂ ਵੀ ਉਹੀ ਸੀਗਾ। ਮਿਹਨਤ ਕਰੋ, ਆਪਣੀ ਹੱਕ ਦੀ ਖਾਓ। ਜੇ ਤੁਸੀਂ ਮਿਹਨਤ ਕਰਕੇ ਨਹੀਂ ਖਾ ਸਕਦੇ ਤਾਂ ਦੂਜੇ ਨੂੰ ਬਲੇਮ ਨਾ ਕਰੋ। ਅਗਰ ਤੁਸੀਂ ਕਿਸੇ ਨੂੰ ਸੁਧਾਰ ਨਹੀਂ ਸਕਦੇ ਤਾਂ ਤੁਸੀਂ ਇਨਸਾਨ ਨਹੀਂ ਹੈਗੇ। ਅਗਰ ਤੁਸੀਂ ਹੱਕ ਕਿਸੇ ਦੇ ਹੱਕ ਲਈ ਖੜ ਨਹੀਂ ਸਕਦੇ ਤਾਂ ਤੁਸੀਂ ਇਨਸਾਨ ਨਾਲ ਤੁਹਾਡੇ ਵਿੱਚ ਖਤਮ ਹੈ। ਮੈਂ ਤਾਂ ਇਹੀ ਸੋਚਦਾ ਵੀ ਧੀ ਭੈਣ ਸਭ ਦੀ ਸਾਂਝੀ ਹੁੰਦੀ ਹੈ। ਮੈਂ ਖੁਦ ਮੁੰਡਾ, ਕਾਲਜ 3 ਸਾਲ ਹੋ ਗਏ, ਰਿਸਪੈਕਟ ਦਊਂਗੇ ਤਾਂ ਰਿਸਪੈਕਟ ਮਿਲੂਗੀ ਜੀ। ਜੇ ਕਿਸੇ ਦੀ ਧੀ ਭੈਣ ਬਾਰੇ ਇਹ ਸੋਚੂਗੇ ਵੀ ਉਹਦੇ ਬਾਰੇ ਮੈਂ ਕੀ ਸੋਚਾਂ, ਉਹਨੂੰ ਜਾ ਕੇ ਪ੍ਰਪੋਜ਼ ਕਰਦਾ, ਤਾਂ ਬੰਦਾ ਪਹਿਲਾਂ ਇਹ ਸੋਚ ਰਿਹਾ ਵੀ ਸਾਡੇ ਵੀ ਘਰੇ ਧੀ ਹੈਗੀ ਆ, ਭੈਣ ਹੈਗੀ ਆ, ਅਤੇ ਅਸੀਂ ਉਹਨੂੰ ਕਿੱਦਾਂ ਟ੍ਰੀਟ ਕਰਨਾ, ਜਾਂ ਫਿਰ ਉਹਨੂੰ ਜਾ ਕੇ ਕੋਈ ਕਹੇ ਤਾਂ ਅਸੀਂ ਉਹਨੂੰ ਕਿੱਦਾਂ ਟ੍ਰੀਟ ਕਰਨਾ। ਜੇ ਸਾਡੇ ਵਾਲੇ ਨੂੰ ਕੋਈ ਆ ਕੇ ਕਹਿੰਦੀ ਆ ਤਾਂ ਚੱਕ ਲਓ ਤਾਂ ਲੋ ਹੋ ਜਾਂਦੀ ਆ, ਜੇ ਅਸੀਂ ਕਿਸੇ ਨੂੰ ਜਾ ਕੇ ਕਹਿੰਦੇ ਹਾਂ ਤਾਂ ਸਾਡਾ ਹਾਸੀ ਮਜ਼ਾਕ ਆ ਜੀ, ਇਹ ਗਲਤ ਹੈ। ਅਤੇ ਨੌਜਵਾਨ, ਮੈਂ ਵੀ ਸਾਰਿਆਂ ਲਈ ਇੱਕ ਇਹੀ ਮੇਰੀ ਕਹਿਣ ਦਾ ਜਿਹੜਾ ਬੋਲਣ ਦਾ ਹੈਗਾ ਇੰਨਾ ਕੁਛ ਮਤਲਬ ਇਹੀ ਹੈ ਕਿ ਆਪਣੇ ਆਪ ਨੂੰ ਸੁਧਾਰੋ, ਨਾ ਕਿ ਕਿਸੇ 'ਤੇ ਤੁਸੀਂ ਫੋਕਸ ਕਰੋ ਵੀ ਤੁਸੀਂ ਕੀ ਕਰ ਰਹੇ ਹੋ, ਕਿਵੇਂ ਕਰ ਰਹੇ ਹੋ। ਜੇ ਤੁਸੀਂ ਠੀਕ ਹੋ, ਜੇ ਇੱਕ ਜਣਾ ਇਹ ਸੋਚ ਰਿਹਾ ਮੈਂ ਆਹ ਕੰਮ ਨਹੀਂ ਕਰਨਾ, ਅੱਜ ਗਲਤ ਕੰਮ ਨਹੀਂ ਕਰਨਾ, ਅੱਗੇ ਪਾਸ ਆਉਣ ਕਰਦੇ ਰਹੋ। ਮਹਾਂਪੁਰਸ਼ਾਂ ਕੋਲ ਕਿੰਨੇ ਹੀ ਲੋਕ, ਕਿੰਨੇ ਹੀ ਵਿਗੜੇ ਤਿਗੜੇ ਆਉਂਦੇ ਨੇ ਗੁਰੂ ਸਾਹਿਬ ਜੀ ਕੋਲ, ਕਿੰਨੇ ਹੀ ਗੁਰਦੁਆਰਾ ਸਾਹਿਬ, ਚਾਹੇ ਉਹ ਮੰਦਰ ਹੈ, ਰਸਤੇ ਸਭ ਦੇ ਇੱਕ ਨੇ ਪਰ ਮਾਲਕ ਇੱਕ ਆ, ਕਿੰਨੇ ਹੀ ਉਹਨਾਂ ਕੋਲ ਵਿਗੜੇ ਤਿਗੜੇ ਜਾਂਦੇ ਨੇ ਪਰ ਉਹ ਸਭ ਦੀ ਸੁਣਦੇ ਨੇ। ਉਹਨਾਂ ਨੇ ਜਨਮ ਦਿੱਤਾ, ਉਹ ਚੋਰ ਨੂੰ ਵੀ ਪਾਲਦੇ ਨੇ, ਸਾਨੂੰ ਵੀ ਪਾਲਦੇ ਨੇ, ਸਾਨੂੰ ਦੇਖ ਰਹੇ ਨੇ, ਜਿਹੜੇ ਉਹਨੂੰ ਨਹੀਂ ਮੰਨਦੇ ਨਾਸਤਕ ਉਹਨਾਂ ਨੂੰ ਵੀ ਰੋਟੀ ਦੇ ਰਹੇ ਨੇ। ਫਿਰ ਆਪਾਂ ਉਹਨਾਂ ਦੇ ਜਨਮੇ ਉਹਨਾਂ ਬਾਰੇ ਉਹਨਾਂ ਵਾਂਗੂ ਕਿਉਂ ਨਹੀਂ ਸੋਚਦੇ? ਸ਼ਕਤੀਆਂ ਉਹਨਾਂ ਕੋਲ ਵੀ ਬਹੁਤ ਸੀਗੀਆਂ, ਜੇ ਉਹਨਾਂ ਨੇ ਸ਼ਕਤੀਆਂ ਨਾਲ ਕੁਛ ਕਰਨਾ ਹੁੰਦਾ ਤਾਂ ਉਦੋਂ ਕਰ ਦਿੰਦੇ, ਯੁੱਗ ਪਾਟਲ ਦਿੰਦੇ ਉਹ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਦਿੱਲੀ ਸ਼ਹੀਦ ਹੋਣ ਲਈ ਗਏ ਸੀਗੇ ਤਾਂ ਉਹਨਾਂ ਨੂੰ ਸਿੰਘਾਂ ਨੇ ਕਿਹਾ ਵੀ ਤੁਸੀਂ ਸਾਨੂੰ ਹੁਕਮ ਕਰੋ, ਅਸੀਂ ਦਿੱਲੀ ਨੂੰ ਲਾਹੌਰ ਨੂੰ ਮਿੱਟੀ ਕਰ ਦਿੰਦੇ ਹਾਂ ਦੋਵੇਂ ਹੱਥਾਂ ਦੇ ਵਿਚਾਲੇ ਲੈ ਕੇ। ਪਰ ਗੁਰੂ ਸਾਹਿਬ ਕਹਿੰਦੇ ਉਹਨਾਂ ਨੂੰ ਵੀ ਤੁਹਾਨੂੰ ਇੰਨੀ ਸ਼ਕਤੀ ਕਿੱਥੇ ਮਿਲੀ? ਕਹਿੰਦੇ ਸਾਨੂੰ ਤੁਹਾਡੇ ਸਮੁੰਦਰ ਦੇ 2 ਬੂੰਦਾਂ 'ਚੋਂ ਇਹ ਸ਼ਕਤੀ ਮਿਲੀ, ਸਾਨੂੰ 2 ਬੂੰਦ ਮਿਲੇ ਨੇ। ਕਹਿੰਦੇ ਜਦੋਂ ਸਮੁੰਦਰ ਇੱਥੇ ਸ਼ਾਂਤ ਬੈਠਾ ਫਿਰ 2 ਬੂੰਦਾਂ ਕਿਉਂ ਉੱਠਣ ਜੀ? ਯਾਰ ਅਸੀਂ ਕਹਿੰਦੇ ਸ਼ਾਂਤ ਬੈਠੇ ਹਾਂ ਇਨਸਾਨੀਅਤ ਨੂੰ ਦਿਖਾਉਣ ਦੇ ਮਾਰੇ, ਨਹੀਂ ਉਹਨਾਂ ਕੋਲ ਤਾਂ ਬਹੁਤ ਕੁਛ ਸੀਗਾ ਕਰਨ ਨੂੰ, ਖੁਦ ਅਕਾਲ ਪੁਰਖ ਸੀਗੇ ਤਾਂ ਕਰ ਸਕਦੇ ਸੀ। ਉਹਨਾਂ ਨੇ ਸਮਝਾਇਆ ਵੀ ਆਪਾਂ ਸਮਝੋ, ਆਪਣੇ ਆਪ ਨੂੰ ਠੀਕ ਕਰੋ, ਜੇ ਤੁਸੀਂ ਠੀਕ ਹੋ ਤੁਹਾਡੇ ਬੱਚੇ ਅੱਗੇ ਠੀਕ ਹੋਣਗੇ, ਤੁਹਾਡੀ ਸੋਚ ਅੱਗੇ ਠੀਕ ਹੋਊਗੀ। ਜਿੱਦਾਂ ਦਾ ਬੰਦਾ ਹੁੰਦਾ ਰੱਬ ਦੀ ਕਿਰਪਾ ਉੱਦਾਂ ਹੀ ਹੁੰਦੀ ਆ, ਉਹਨੂੰ ਉੱਦਾਂ ਦਾ ਮਿਲੀ ਜਾਂਦਾ। ਜੇ ਬੰਦਾ ਗੁਰੂ ਸਾਹਿਬ ਦੇ ਲੜ ਲੱਗੇ ਆ ਤਾਂ ਉਹਨੂੰ ਅੱਗੇ ਪਰਿਵਾਰ ਵੀ, ਉਹਦੀ ਘਰਵਾਲੀ, ਵਾਈਫ, ਧੀ, ਭੈਣ, ਬੱਚੇ ਉੱਦਾਂ ਦੀ ਹੋਣਗੇ। ਜੇ ਅੱਜ ਦੀਆਂ ਕੁੜੀਆਂ ਆਪਣਾ ਵਿਰਸਾ ਭੁੱਲ ਗਏ, ਮੁੰਡੇ ਆਪਣਾ ਵਿਰਸਾ ਭੁੱਲ ਗਏ, ਅੱਜ ਦੇ ਵੈਸਟਰਨ ਕਲਚਰ ਲਾਗੇ ਆ ਗਏ ਤਾਂ ਫਿਰ ਤਾਂ ਕੰਮ ਬਰਬਾਦ ਹੋਣੇ ਵਾਲਾ ਹੀ ਹੈ ਜੀ ਜੀ, ਹੈ ਨਾ ਜੀ। ਅਤੇ ਇਸ ਕਰਕੇ ਵੈਸਟਰਨ ਕਲਚਰ ਨੂੰ ਛੱਡ ਕੇ ਥੋੜ੍ਹਾ ਜਿਹਾ ਅਗਰ ਤੁਸੀਂ ਕਿਸੇ ਨੂੰ ਕੁਛ ਬੋਲਦੇ ਹੋ ਜਾਂ ਕਿਸੇ ਨੂੰ ਕੁਛ ਕਹਿੰਦੇ ਹੋ ਜਾਂ ਕਿਸੇ ਦੇ ਹੱਥ ਚੱਕਦੇ ਹੋ ਤਾਂ ਸਿਰਫ ਔਰ ਸਿਰਫ ਇੰਨਾ ਦੇਖ ਲਿਆ ਕਰੋ, ਕਿਸੇ ਦੀ ਧੀ ਭੈਣ ਵਾਰੀ ਦੇਖਦੇ ਹੋ ਮੁੰਡੇ ਜਾਂ ਕੁੜੀਆਂ, ਕੁੜੀਆਂ ਵੀ ਅੱਜ ਕੱਲ੍ਹ ਨਸ਼ੇ ਕਰਦੀਆਂ ਨੇ। ਔਰ ਜੇ ਕੁੜੀ ਨੂੰ ਆਪਾਂ ਪਹਿਲਾਂ, ਕੁੜੀ ਹੁੰਦੀ ਹੈ ਘਰ ਦੀ ਇੱਜ਼ਤ ਹੁੰਦੀ ਹੈ ਜੀ ਜੀ ਬਿਲਕੁਲ, ਫਿਰ ਉਹ ਬੜੀ ਹੁੰਦੀ ਹੈ ਕਿਸੇ ਦੇ ਨੂੰਹ ਬਣਦੀ ਹੈ, ਕਿਸੇ ਦੇ ਘਰ ਦੀ ਇੱਜ਼ਤ ਬਣਦੀ ਹੈ, ਫਿਰ ਉਹ ਭੈਣ ਬਣਦੀ ਹੈ ਕਿਸੇ ਦੀ, ਧੀ ਹੁੰਦੀ ਹੈ, ਫਿਰ ਉਹ ਜੇ ਕਿਸੇ ਦੇ ਘਰ ਜਾਂਦੀ ਹੈ ਨੂੰਹ ਬਣਦੀ ਹੈ, ਫਿਰ ਉਹ ਮਾਂ ਬਣਦੀ ਹੈ, ਮਾਂ ਤੋਂ ਬਾਅਦ ਫਿਰ ਉਹ ਦਾਦੀ, ਇੱਦਾਂ ਇਹ ਪ੍ਰੋਸੈਸ ਗੁਰੂ ਸਾਹਿਬ ਦੇ ਚਲਾਏ ਹੋਏ ਨੇ। ਜੇ ਕੁੜੀ ਆਪਣੇ ਆਪ ਨੂੰ ਅੱਜ ਦੇ ਮਾਡਰਨਾਈਜੇਸ਼ਨ 'ਚ, ਮੈਂ ਵੀ ਕਮਾਂ ਦੇ ਕੁੱਖੋਂ ਜਨਮ ਲਿਆ ਜੀ, ਸਾਰੀ ਗੁਰੂ ਸਾਹਿਬ ਈਵਨ ਕਿ ਗੁਰੂ ਸਾਹਿਬ ਗੁਰੂ ਨਾਨਕ ਦੇਵ
ਉਹ ਅਕਾਲ ਪੁਰਖ ਮਾਂ ਦੇ ਕੁੱਖੋਂ ਆਏ ਨੇ। ਜੇ ਮਾਂ ਕੁੱਖ ਜੇ ਅੱਜ ਦੀਆਂ ਕੁੜੀਆਂ ਮੈਂ ਇਹ ਸੋਚਦਾ ਇਹ ਸੋਚਣ ਵੀ ਅਸੀਂ ਸਹੀ ਰਹਿਣਾ ਕੋਈ ਸਾਡੇ ਬਾਰੇ ਕੀ ਸੋਚਦਾ ਤਾਂ ਉਹ ਮੈਟਰ ਨਹੀਂ ਕਰਦਾ, ਤਾਂ ਤੁਹਾਡੇ ਬਾਰੇ ਕੋਈ ਮੈਟਰ ਨਹੀਂ ਕਰਦਾ। ਜੇ ਤੁਸੀਂ ਠੀਕ ਹੋ ਤੁਸੀਂ ਆਪਣੇ ਬੱਚੇ ਨੂੰ ਕਿਵੇਂ ਪਾਲਣਾ, ਜੇ ਤੁਸੀਂ ਆਪਣੇ ਬੱਚੇ ਨੂੰ ਪਹਿਲਾਂ ਬੂਟਾ ਬੂਟਾ ਕਿਵੇਂ ਲੱਗਦਾ ਕੁੱਖ 'ਚ ਲੱਗਦਾ। ਜੇ ਤੁਸੀਂ ਜਦੇ ਮੈਂ ਤਾਂ ਇਹ ਸੋਚਦਾ ਵੀ ਜੇ ਤੁਸੀਂ ਜਲ ਤੋਂ ਸੀਰੀਅਲ ਦੇਖੋਗੇ ਗਾਲਾਂ ਕੱਢੋਗੇ ਕੁਛ ਹੋਰ ਕੰਮਾਂ 'ਚ ਪਾਉਂਗੇ ਗਲਤ ਕੰਮ ਕਰੋਗੇ ਚਾਹੇ ਉਹ ਮੁੰਡਾ ਜੇ ਨਸ਼ਾ ਕਰੂਗਾ ਤਾਂ ਉਹਦੀ ਔਲਾਦ ਵੀ ਉਦੋਂ ਉਵੇਂ ਦੀ ਹੋਊਗੀ। ਇਸ ਕਰਕੇ ਦੂਜਿਆਂ ਦੀ ਇੱਜ਼ਤ ਧੀ ਭੈਣ ਦੀ ਇੱਜ਼ਤ ਸਮਝੋ ਵੀ ਜੇ ਸਾਡੀ ਚਾਹੇ ਹੈਗੀ ਆ ਚਾਹੇ ਨਹੀਂ ਹੈਗੀ ਆ ਪਰ ਸਾਂਝੀ ਨੇ ਜੀ। ਅਤੇ ਇਹ ਤਾਂ ਮੁੱਦੇ ਬਹੁਤ ਛੋਟੇ ਨੇ, ਭਰੂਣ ਹੱਤਿਆ ਹੋਈ, ਨਸ਼ਾ ਹੋਇਆ, ਜੋ ਵੀ ਹੈ ਇਹ ਮੁੱਦੇ ਬਹੁਤ ਛੋਟੇ ਨੇ। ਪਹਿਲਾਂ ਤੁਸੀਂ ਆਪਣੇ ਆਪ ਨੂੰ ਸੁਧਾਰੋ, ਫਿਰ ਦੇਖੋ ਜ਼ਿੰਦਗੀ ਜਿਉਣ ਦਾ ਮਜ਼ਾ ਕੀ ਆਉਂਦਾ, ਨਜ਼ਾਰਾ ਕੀ ਆਉਂਦਾ। ਕਿਉਂਕਿ ਜੇ ਤੁਸੀਂ ਜਦੋਂ ਤੁਸੀਂ ਇਸ ਚੀਜ਼ਾਂ ਦੇ ਉੱਪਰ ਉੱਠ ਗਏ ਫਿਰ ਤੁਹਾਡੇ ਲਈ ਕੋਈ ਕਹਿਣ ਨੂੰ ਕੋਈ ਸੁਣਨ ਨੂੰ ਕੋਈ ਉਹ ਨਹੀਂ ਗਾ, ਕਿਸੇ ਨੇ ਤੁਸੀਂ ਉਂਗਲੀ ਨਹੀਂ ਚੱਕ ਸਕਦੇ, ਕਿਸੇ ਨੇ ਸੋਚ ਨਹੀਂ ਸਕਦੇ, ਜੋ ਕਰਦਾ ਆਪਣਾ ਕਰੋ ਠੀਕ ਹੈ ਜੀ। ਜੀ ਥੈਂਕ ਯੂ ਜੀ, ਧੰਨਵਾਦ ਜੀ। ਡੀਪੀਡੀ ਦੇ ਪਹਿਲੇ ਦਰਸ਼ਕੋ ਇਹਦਾ ਸੀ ਕੋਂਟੀਨੈਂਟਲ ਦੇ ਬੱਚੇ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ। ਸੋ ਲੋੜ ਹੈ ਜਿੱਦਾਂ ਇਹ ਬੱਚਿਆਂ ਦੀ ਸੋਚ ਹੈ ਜਿੱਦਾਂ ਇਹਨਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ, ਅਗਰ ਆਪਾਂ ਇਹਨਾਂ ਬੱਚਿਆਂ ਦੇ ਵਿਚਾਰਾਂ ਦੇ ਵੀ ਆਪਾਂ ਚੱਲ ਪਈਏ ਤਾਂ ਸਾਡਾ ਸਮਾਜ ਨੂੰ ਇੱਕ ਬਹੁਤ ਵੱਡੀ ਜਿਹੜੀ ਸੇਧ ਮਿਲ ਸਕਦੀ ਹੈ। ਸੋ ਅਗਲੀ ਵਾਰ ਤੋਂ ਕੋਈ ਹੋਰ ਨਵਾਂ ਮੁੱਦਾ ਲੈ ਕੇ ਕੋਈ ਨਵਾਂ ਮਸਲਾ ਲੈ ਕੇ ਆਪਾਂ ਤੁਹਾਡੇ ਸਾਹਮਣੇ ਨਾਲ ਰੂਬਰੂ ਹੁੰਦੇ ਰਹਾਂਗੇ। ਕੈਮਰਾਮੈਨ ਬਲਜਿੰਦਰ ਸਿੰਘ ਦੇ ਨਾਲ ਮੈਂ ਤੁਹਾਡਾ ਆਪਣਾ ਜਗਜੀਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।